ਰਹਿਣ ਵਾਲੇ ਪਿੰਡ ਕਿਲ੍ਹਾ ਰਾਏਪੁਰ ਪਹੁੰਚੇ ਹਾਂ। ਸਰਕਾਰ ਦੀ ਕਾਰਗੁਜ਼ਾਰੀ ਸਰਕਾਰ ਕੀ ਕਰੂਗੀ, ਜਦੋਂ ਆਈ ਹੈ ਉਦੋਂ ਵੀ ਖਜ਼ਾਨਾ ਹੀ ਖਾਲੀ ਸੀ, ਹੁਣ ਇਹਨਾਂ ਨੇ ਰੌਲਾ ਜਦੋਂ ਵੀ ਹੁਣ ਜਾਣਗੇ ਦੂਏ ਕਹਿਣਗੇ ਖਜ਼ਾਨਾ ਖਾਲੀ ਹੈ, ਬਸ ਕਰਨਾ ਪ੍ਰਵਾਸ ਕਿੰਨਾ ਇੱਥੇ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀ ਭਾਈਚਾਰਾ ਕਿੰਨਾ? ਸਾਡੇ ਤਕਰੀਬਨ ਸਾਡੇ ਸਮਝ ਲਓ ਤੁਸੀਂ ਇੱਥੇ 95% ਲੋਕ, 90-95% ਲੋਕ ਆ ਰਹੇ, ਕਿਉਂਕਿ ਪ੍ਰਵਾਸੀ ਜੇ ਸਾਡੇ ਪਿੰਡਾਂ 'ਚ ਆ ਕੇ ਕੰਮ ਕਰ ਸਕਦੇ ਫਿਰ ਸਾਡੇ ਨੌਜਵਾਨ ਕਿਉਂ ਨਹੀਂ ਕਰ ਸਕਦੇ? ਇੱਥੇ ਕਈ ਬੰਦੇ ਐਸੇ ਨੇ ਬੜੇ ਅਮੀਰ ਘਰਾਣਿਆਂ ਦੇ ਲੋਕ ਜਾਂਦੇ ਨੇ ਪਰ ਉੱਥੇ ਜਾ ਕੇ ਕੰਮ ਕਰਦੇ ਆ, ਇੱਥੇ ਸਾਡੇ ਗਰੀਬ ਜਿਹੜਾ 10-12 ਪੜ੍ਹ ਗਿਆ ਉਹ ਵੀ ਜੋ ਕੰਮ ਨਹੀਂ ਕਰਦਾ। ਜਿਹੜੇ ਪਿੰਡਾਂ 'ਚ ਰਹਿ ਗਏ ਉਹ ਨਸ਼ਿਆਂ ਨਹੀਂ ਲਾ ਲਏ? ਦੇਖੋ ਜੀ, ਨਸ਼ਾ ਤਾਂ ਹੁਣ ਤਕਰੀਬਨ ਹਰ ਥਾਂ ਗਲੀਆਂ ਨਾਲੀਆਂ ਨੂੰ ਛੱਡ ਕੇ ਹੋਰ ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਸੀ ਕਿ ਇਹ ਸਰਪੰਚ ਸਾਹਿਬ ਨੇ ਸਾਡੀ ਉਮੀਦ ਤੋਂ ਪਰੇ ਵਾਲੇ ਕੰਮ ਕੀਤੇ ਨੇ? ਉਹਦੇ 'ਚ ਕੋਈ ਸ਼ੱਕ ਨਹੀਂ, ਕਹਿੰਦਾ ਨਹੀਂ ਵੀ ਮੈਂ ਮੇਰਾ ਬੰਦੇ ਨਹੀਂ, ਮੈਨੂੰ ਬੂਟ ਨਹੀਂ ਪਾਈ, ਮੈਂ ਇਹਨੂੰ ਨਹੀਂ ਕੰਮ ਕਰਨਾ, ਇਹਦਾ ਕੰਮ ਨੇ ਸਾਰੇ ਪਿੰਡ ਦਾ ਕਰਿਆ। ਤੁਹਾਡੇ ਆਉਂਦੇ ਜਾਂਦੇ ਆ? ਹਾਂ, ਸਾਰਿਆਂ ਦੇ ਆਉਂਦਾ ਜਾਂਦਾ ਜੀ। ਹੁਣ ਜਿਹੜੇ ਸਰਪੰਚ ਸਾਹਿਬ ਕੰਮ ਕਰ ਗਏ ਉਹ ਤਾਂ ਠੀਕ ਹੈ, ਪਰ ਜਿਹੜੇ ਹੁਣ ਅੱਗੇ ਆਉਣੇ ਨੇ ਉਹਨਾਂ ਤੋਂ ਕੀ ਮੰਗ ਹੈ ਤੁਹਾਡੀ? ਕੋਸ਼ਿਸ਼ ਹੈ ਸਾਡੀ ਵੀ ਜਿਹੜੇ ਸਰਪੰਚ ਆਉਣ ਜਾਂ ਪੰਚਾਇਤ ਆਵੇ ਤਕਰੀਬਨ ਉਹ ਨਸ਼ਿਆਂ ਨੂੰ ਠੱਲ ਪਾਉਣ। ਇੱਕ ਵਿਸ਼ਵਾਸ ਦੇ ਨਾਲ ਕਿਸੇ ਨੂੰ ਚੁਣ ਕੇ ਸਰਪੰਚ ਬਣਾਉਂਦਾ ਉਹ ਤਾਂ ਪਿੰਡ ਦੀਆਂ ਆਸਾਂ ਹੁੰਦੀਆਂ ਨੇਗੀਆਂ ਵੀ ਇਹ ਸਾਡੀਆਂ ਆਸਾਂ 'ਤੇ ਖਰਾ ਉਤਰੇ। ਕਿ ਜਦੋਂ ਪਿੰਡਾਂ ਦਾ ਦੌਰਾ ਕਰੀਦਾ ਤਾਂ ਸੁਣਨ ਨੂੰ ਮਿਲਦਾ ਹੈ ਕਿ ਇੱਕ ਵੱਡਾ ਗੁਰੂ ਘਰ ਹੈਗਾ ਜਿੱਥੇ ਸਾਰੇ ਪਿੰਡਾਂ ਲਈ ਸਾਂਝਾ ਕੋਈ ਪ੍ਰੋਗਰਾਮ ਕਰਦੇ ਤਾਂ ਜਾਂਦੇ ਹੈ, ਅਦਰਵਾਈਜ਼ ਜਿਹੜੇ ਪਿੰਡਾਂ ਲਈ ਨੇ ਉਹ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਜਾਂਦੇ। ਜਿੱਥੇ ਬੰਦੇ ਨੇ ਆਖਰੀ ਆਪਣੀ ਜ਼ਿੰਦਗੀ ਬਤੀਤ ਕਰਕੇ ਜਿੱਥੇ ਜਾ ਕੇ ਉਹਨੇ ਮਿੱਟੀ ਬਣਨਾ ਵਾ, ਉੱਥੇ ਤਾਂ ਆਪਣੇ ਪਿੰਡਾਂ 'ਚ ਤਾਂ ਉਹ ਵੀ ਚੀਜ਼ਾਂ ਬਹੁਤੇ ਪਿੰਡਾਂ ਕਿਸੇ ਪਿੰਡਾਂ 'ਚ ਹੈ, ਚਲੋ ਇਹ ਚੀਜ਼ਾਂ ਖਤਮ ਹੋ ਗਈਆਂ, ਸ਼ਮਸ਼ਾਨ ਘਾਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਉਹ ਵੀ ਆਪਾਂ ਜਾਤਾਂ 'ਚ ਵੰਡੇ ਪਏ। ਮਿੰਨੀ ਓਲੰਪਿਕ ਕਹੀ ਜਾਣ ਵਾਲੇ ਪਿੰਡ ਕਿਲ੍ਹਾ ਰਾਏਪੁਰ ਪਹੁੰਚੇ ਹਾਂ। ਪਿੰਡ ਦੀ ਸੱਦ ਵਿੱਚ ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਇਹਨਾਂ ਤੋਂ ਜਾਣਾਂਗੇ ਪਿੰਡ ਦਾ ਕੀ ਹਾਲ ਹੈ ਕਿਉਂਕਿ ਪੰਚਾਇਤੀ ਚੋਣਾਂ ਦਾ ਦੌਰ ਹੈ, ਕਿਸ ਤਰ੍ਹਾਂ ਦਾ ਰਿਹਾ ਪਿਛਲਾ 5 ਸਾਲ ਅਤੇ ਅਗਲੀ ਪੰਚਾਇਤ ਬਾਰੇ ਕੀ ਕੁਛ ਸੋਚਦੇ ਨੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਜ਼ੁਰਗੋ, ਕੀ ਹਾਲ ਚਾਲ? ਠੀਕ ਠਾਕ? ਹਾਂ ਠੀਕ ਆ ਜੀ, ਠੀਕ ਆ, ਬਹੁਤ ਵਧੀਆ। ਕਿਵੇਂ ਰਹੇ ਪਿਛਲੇ 5 ਸਾਲ? ਬਹੁਤ ਵਧੀਆ ਰਿਹਾ ਜੀ, ਵਧੀਆ ਕੰਮ ਕਰਿਆ ਸਰਪੰਚ ਨੇ। ਹਾਂਜੀ, ਪਿੰਡ ਦੇ ਵਿੱਚ ਪਿਛਲੇ 5 ਸਾਲ ਸਰਪੰਚ ਜਿਹੜੇ ਰਹੇ ਨੇ ਗਿਆਨ ਸਿੰਘ ਹੋਣਾ ਨੇ, ਜਿਹੜੇ ਤੁਹਾਡੇ ਮੁੱਦੇ ਰਹੇ ਉਹ ਪੂਰੇ ਹੋਏ? ਹਾਂਜੀ ਹਾਂ, ਪੂਰਾ ਕੰਮ ਕਰਿਆ ਸਾਰੇ ਪਿੰਡਾਂ, ਕੋਈ ਪੱਖਬਾਜ਼ੀ ਨਹੀਂ ਕਰੀ, ਵਧੀਆ ਕੰਮ ਕਰਿਆ। ਤੜੇਬਾਜ਼ੀ ਹੈਗੀ ਪਿੰਡ 'ਚ? ਹੈਜੀ, ਤੜੇਬਾਜ਼ੀ ਤਾਂ ਹੈਗੀ ਆ ਜੀ, ਤੜੇਬਾਜ਼ੀ ਹੈਗੀ ਆ। ਹਾਂ, ਇਸ ਵਾਰ ਕਿਹਨੂੰ ਪਾਉਣੀ ਹੈ ਵੋਟ? ਹੁਣ ਤਾਂ ਜੀ ਦੇਖ ਮੌਕਾ ਦੇਖਾਂਗੇ ਕਿਹਨੂੰ ਪਾਉਣੀ ਆ, ਹੈਜੀ ਹੁਣ ਤਾਂ ਮੌਕਾ ਦੇਖਾਂਗੇ ਜਿਹੜਾ ਆਊਗਾ। ਨਹੀਂ, ਘਰਦਿਆਂ ਨੇ ਕਿਹਾ ਨਹੀਂ ਹੈਗਾ ਕਿ ਇਸ ਵਾਰ ਇਹਨੂੰ ਹੀ ਪਾਉਣੀ? ਕਹਿਣਾ ਮਰਜ਼ੀ ਆਪਣੀ, ਵੋਟ ਪਾਉਣ ਵਾਲੇ ਜੀ। ਠੀਕ ਹੈ, ਹੋਰ ਨਾ ਗੱਲ ਕਰ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਬਜ਼ੁਰਗੋ? ਠੀਕ ਠਾਕ? ਠੀਕ ਆ ਜੀ, ਠੀਕ ਆ। ਕਿਵੇਂ ਚੱਲਦਾ ਪਿੰਡ ਦਾ ਹਾਲ, ਕਿਸ ਤਰ੍ਹਾਂ? ਪੂਰਾ ਵਧੀਆ ਜੀ। ਇਸ ਵਾਰ ਫਿਰ ਵੋਟ ਕਿਹਨੂੰ ਪਾਉਣੀ? ਵੋਟ ਤਾਂ ਹੁਣ ਆਪਣੀ ਮਰਜ਼ੀ ਨਾਲ ਹੀ ਪਾਵਾਂਗੇ ਜੀ। ਕਿਹੜੇ ਮੁੱਦੇ ਰਹੇ ਜਿਹੜੇ ਪਿਛਲੀ ਵਾਰ ਨਹੀਂ ਪੂਰੇ ਹੋਏ ਇਸ ਵਾਰ ਕਰਾ ਕੇ ਰਹੇ? ਹਾਂ ਜੀ, ਮੁੱਦੇ ਸਾਰੇ ਕੀਤੇ ਨੇ ਸਰਪੰਚ ਨੇ। ਚਲੋ, ਗਲੀਆਂ ਨਾਲੀਆਂ ਸੀਵਰੇਜ ਸਭ ਪੱਕਾ? ਹਾਂ, ਬਾਹਲਾ ਕੀਤਾ ਜੀ ਕੰਮ। ਬਹੁਤ ਕੰਮ ਕੀਤਾ। ਫਿਰ ਸਰਬਸੰਮਤੀ ਨਾਲ ਚੁਣ ਲੈਣਾ ਸੀ ਇਸ ਵਾਰ? ਉਹੀ ਉਹ ਬੇਟੇ 'ਚ ਆ ਗਈ ਜੀ। ਅੱਛਾ, ਫਿਰ ਮੌਕਾ ਦੇਣਾ ਇਸ ਵਾਰੀ ਉਹਨਾਂ ਨੂੰ? ਹਾਂ ਦੇਣਾ ਸੀ ਜੀ, ਨਹੀਂ ਤਾਂ ਠੀਕ ਹੈ, ਉਹਨੂੰ ਵੀ ਬਣਾਉਣਾ ਸੀ, ਨਹੀਂ ਤਾਂ।
ਕਿਹੜੀਆਂ ਦਿੱਕਤਾਂ ਰਹੀਆਂ ਜਿਹੜੀਆਂ ਹੋਈਆਂ ਕਿ ਨਹੀਂ ਇਸ ਵਾਰੀ ਕਰਾਉਣੀਆਂ? ਸਾਰੀਆਂ ਹੀ ਹੋ ਗਈਆਂ ਜੀ, ਦਿੱਕਤਾਂ ਤਾਂ ਪੂਰੀਆਂ, ਟੋਬੇ ਦਾ ਵੀ ਕੰਮ ਚੱਲੀ ਜਾਂਦਾ, ਸਾਰੇ ਕੰਮ ਸਹੀ ਹੋਏ ਨੇ। ਗਲੀਆਂ ਨਾਲੀਆਂ ਟਹਿਲਾਂ ਵਗੈਰਾ ਸਾਡੇ ਸੀਵਰੇਜ ਪੈ ਗਿਆ, ਬਹੁਤ ਵਧੀਆ ਹੋਇਆ। ਜੋ ਪਿਛਲੀ ਪੰਚਾਇਤ ਦੀਆਂ ਵੀ ਖੜੇ ਪੈਸੇ ਸੀ ਉਹ ਵੀ ਇਹਨਾਂ ਨੇ ਲਾਤੇ, ਵੀ ਵਾਪਸ ਨਹੀਂ ਹੋਣ ਦਿੱਤੇ। ਬਹੁਤ ਵਧੀਆ ਕੰਮ ਕੀਤਾ। ਰਿਜ਼ਰਵ ਹੋਣ ਕਰਕੇ ਅਸੀਂ ਵੋਟ ਨਹੀਂ ਪਾ ਸਕਦੇ, ਹੁਣ ਸਾਨੂੰ ਤਾਂ ਦੂਜੇ ਪਾਸੇ ਪਾਉਣੀਆਂ ਪੈਣੀਆਂ। ਪਰ ਇਤਿਹਾਸਿਕ ਸਥਾਨ ਹੈ, ਗੁਰੂ ਚੋਂ ਪ੍ਰਾਪਤ ਹੈ ਇਸ ਧਰਤੀ ਨੂੰ, ਤਾਂ ਕਿੰਨੇ ਗੁਰੂ ਘਰ ਨੇ ਔਰ ਕਿਵੇਂ ਦੇਖਦੇ ਹੋ ਉਹਨਾਂ ਨੂੰ? ਇੱਥੇ ਤਾਂ ਜੀ ਘੱਟੋ ਘੱਟ 14-15 ਹੈਗੇ ਆ ਗੁਰਦੁਆਰੇ, ਪਿੰਡ ਵੱਡਾ ਹੋਣ ਕਰਕੇ ਆਪਣੀ ਆਪਣੀ ਪੱਤੀ ਦਾ ਆਪਣਾ ਆਪਣਾ ਗੁਰਦੁਆਰਾ। ਬਾਕੀ 3 ਸਾਡੇ ਦੂਜੇ 2 ਇਤਿਹਾਸਿਕ ਨੇ ਗੁਰਦੁਆਰੇ ਅਤੇ 3 ਸਾਡੇ ਸ਼ਹੀਦਾਂ ਦੇ ਹੈਗੇ ਅਤੇ ਅਲੱਗ ਅਲੱਗ ਨੇ। ਤੜੇਬਾਜੀ ਪੂਰੀ ਫਿਰ ਪਿੰਡ 'ਚ? ਜੀ ਐਸੀ ਤੜੇਬਾਜ਼ੀ ਨਹੀਂ ਹੈ, ਪੂਰੀ ਆ ਜੀ। ਪਾਰਟੀਬਾਜ਼ੀ ਮਤਲਬ ਸਿਆਸੀ ਤੌਰ 'ਤੇ ਤਾਂ ਹੈਗੀ, ਪਰ ਉਹ ਜਿਵੇਂ ਕਹਿੰਦੇ ਨਿੱਜੀ ਤੌਰ 'ਤੇ ਦੁਸ਼ਮਣੀ ਕੋਈ ਨਹੀਂ ਕਿਸੇ ਦੀ। ਨਸ਼ਾ ਕਿੰਨਾ ਕੁ ਪਿੰਡ 'ਚ? ਨਸ਼ਾ ਤਾਂ ਤੁਹਾਨੂੰ ਪਤਾ ਹੀ ਹੈ ਜੀ, ਮਾੜੇ ਮੋਟੇ ਚੱਲੀ ਜਾਂਦੇ ਨੇ ਹੁਣ ਸਾਰੇ ਪਿੰਡਾਂ 'ਚ। ਨਸ਼ਾ ਤਾਂ ਇੱਥੇ ਵੀ ਹੈਗਾ। ਇੱਥੇ ਵੀ ਹੈਗਾ? ਫਿਰ ਕੰਪਲੇਂਟ ਨਹੀਂ ਕੀਤੀ ਕਦੀ ਕਿ ਇੱਥੇ ਨਸ਼ਾ? ਕੰਪਲੇਂਟਾਂ ਪਹਿਲਾਂ ਤਾਂ ਕੋਈ ਪੁੱਛਦਾ ਨਹੀਂ ਸੀ, ਹੁਣ ਪਤਾ ਨਹੀਂ ਕੁਛ। ਪਹਿਲਾਂ ਤਾਂ ਅਸੀਂ ਕੋਈ ਨਹੀਂ ਜੀ ਪੁੱਛਦਾ, ਪੁੱਛਦਾ ਨਹੀਂ ਨਹੀਂ ਜੀ ਨਹੀਂ। ਚਿੱਟੇ ਬਾਰੇ ਤਾਂ ਕੋਈ ਹੈ ਹੀ ਨਹੀਂ ਗਾ, ਬਥੇਰੇ ਮੁੰਡੇ ਮਾਰ ਕੇ ਫੜਦੇ ਆ, ਉਹਨਾਂ ਨੂੰ ਛੱਡ ਦਿੰਦੇ ਆ, ਜੇ ਕਿਸੇ ਨੂੰ ਫੜਾਉਂਦੇ ਆ ਚਲੋ 4 ਦਿਨ ਬਾਹਰ ਆ ਜਾਂਦਾ। ਤੇ ਪਿੰਡ ਵਾਲਿਆਂ ਨੇ ਆਪਣੀ ਨਹੀਂ ਕੋਈ ਕਾਰਵਾਈ ਕੀਤੀ? ਪਿੰਡ ਵਾਲੇ ਕਰਦੇ ਆ ਤੇ ਦੱਸਦੇ ਆ, ਫੜਾਉਂਦੇ ਆ ਉਹਨਾਂ ਨੂੰ, ਪਰ ਨਹੀਂ ਕਿਸੇ ਚੱਲਦਾ ਕੰਮ। ਬੰਦਾ ਆਪਣੇ ਰੋਜ਼ ਨਾਲ ਛੁੱਟ ਜਾਂਦੇ ਆ। ਤੁਸੀਂ ਕੀ ਕਹਿਣਾ? ਇਹ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਪੁਲਿਸ ਵਾਲੇ ਖੁਦ ਮਿਲੇ ਹੁੰਦੇ ਨੇ, ਵੀ ਜਦੋਂ ਛੱਡ ਦਿੰਦੇ ਨੇ ਫੜਾਉ ਰਹੇ ਆ, ਉਹਨਾਂ ਦਾ ਕੋਈ ਸਾਨੂੰ ਇਹੀ ਅੰਦਾਜ਼ਾ ਲੱਗਦਾ ਸਾਡਾ ਵੀ ਪੁਲਿਸ ਵਾਲੀ ਮਿਲੇ ਹੋਣਗੇ। ਮਿਲੀ ਭੁਗਤ ਨਾਲ ਚੱਲਦਾ ਹੋਰ ਸਾਰਾ ਮਹੀਨੇ, ਮਿਲੀ ਪੁਲਿਸ ਦਾ ਕੋਈ ਚੱਲ ਨਹੀਂ ਸਕਦਾ। ਮੈਂ ਨਹੀਂ ਵੇਚਦਾ, ਇਹ ਨਹੀਂ ਵੇਚਦਾ, ਕਿਵੇਂ ਵੇਚ ਦਾਂਗੇ? ਹੱਥਾਂ ਨੂੰ ਫੜ ਲੈਣਗੇ। ਚੀਜ਼ ਇਹ ਵੀ ਹੈ ਦੇਖਣ ਵਾਲੀ ਵੀ ਇੱਕ ਬੰਦੇ ਨੂੰ ਫੜਦਾ ਕੋਈ ਨਹੀਂ ਜੀ, ਅਸੀਂ ਬਲ ਗੱਲ ਕਰ ਲਾਂਗੇ ਸਾਨੂੰ ਮਿੰਟਾਂ 'ਚ ਫੜ ਲੈਣਗੇ। ਇਹ ਚੀਜ਼ ਹੈ, ਲੱਗਦਾ ਨੌਜਵਾਨੀ ਕੁਛ ਨਸ਼ਾ ਖਾ ਗਈ, ਕੁਛ ਵਿਦੇਸ਼ ਖਾ ਗਈ। ਦੇਖੋ ਜੀ, ਵਿਦੇਸ਼ ਤਾਂ ਸਭ ਤੋਂ ਵੱਧ ਖਾ ਚੁੱਕੀ ਹੈ ਕਿ ਨਹੀਂ, ਬਾਕੀ ਤੁਹਾਨੂੰ ਪਤਾ ਹੀ ਹੈ ਵੀ ਨਸ਼ਾ ਤਾਂ ਬਾਹਰ ਨਸ਼ਾ ਵੀ ਖਾ ਗਈ ਜੀ, ਵਿਦੇਸ਼ ਵੀ ਖਾ ਗਏ, ਸਾਰੇ ਪਤਾ ਚੱਲਦਾ ਕਿ ਇਹ ਕੰਮ ਹੀ ਹੈ। ਨਸ਼ਾ ਬਾਹਰ ਜਾ ਰਹੀ ਹੈ, ਲੋਕ ਜ਼ਮੀਨਾਂ ਵੇਚ ਕੇ, ਘਰ ਵੇਚ ਕੇ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲ ਰਹੇ ਆ, ਉਹ ਇਸੇ ਕਰਕੇ ਵੀ ਇੱਥੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਪ੍ਰਵਾਸ ਕਿੰਨਾ ਕੁ ਇਸ ਪਿੰਡ ਦੇ ਵੱਲ? ਕੋਈ ਧਿਆਨ ਹੀ ਹੈ ਨਹੀਂ ਵੀ ਇਹਨੂੰ ਰੋਕੀਏ ਕਿਵੇਂ ਰੋਕੀਏ, ਉਹਨਾਂ ਦਾ ਕੋਈ ਮਤਲਬ ਨਹੀਂ। ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਨਸ਼ਾ ਮੁਕਤ ਕਰ ਰਹੇ ਆ ਪੰਜਾਬ ਨੂੰ। ਉਹ ਜੀ ਦੇਖੋ, ਬਿਆਨਬਾਜ਼ੀ ਤਾਂ ਅਖਬਾਰਾਂ 'ਚ ਸਾਰੀ ਹੁੰਦੀ ਹੈ, ਬਿਆਨਬਾਜ਼ੀ ਕਰਨ ਤਾਂ ਕੋਈ ਵੀ ਪਾਰਟੀ ਘੱਟ ਨਹੀਂ ਹੈ। ਸਾਰੀਆਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਸਰਕਾਰ ਦੀ ਕਾਰਗੁਜ਼ਾਰੀ ਸਰਕਾਰ ਕੀ ਕਰੂਗੀ? ਜਦੋਂ ਆਈ ਹੈ ਉਦੋਂ ਵੀ ਖਜ਼ਾਨੇ ਖਾਲੀ ਸੀ, ਹੁਣ ਇਹਨਾਂ ਨੇ ਰੌਲਾ ਜਦੋਂ ਵੀ ਹੁਣ ਜਾਣਗੇ, ਦੂਏ ਕਹਿਣਗੇ ਖਜ਼ਾਨਾ ਖਾਲੀ ਹੈ, ਬਸ ਕਰਨਾ ਇਹਨਾਂ ਨੇ। ਨਹੀਂ, ਭਗਵੰਤ ਮਾਨ ਤਾਂ ਕਹਿੰਦੇ ਖਜ਼ਾਨਾ ਪੂਰਾ ਭਰਿਆ। ਇਹ ਥੋੜ੍ਹਾ ਸੋਚਿਆ ਵੀ ਅਸੀਂ ਪੰਜਾਬ ਬਾਰੇ ਇਹਦਾ ਖਜ਼ਾਨਾ ਕਿਵੇਂ ਭਰਨਾ, ਇਹ ਚੀਜ਼ਾਂ ਵੀ। ਪਰ ਮੁੱਖ ਮੰਤਰੀ ਮਾਨ ਤਾਂ ਕਹਿੰਦੇ ਇਸ ਚੀਜ਼ ਵੱਲੋਂ ਸਾਨੂੰ ਤਾਂ ਫੇਲ ਮੁੱਖ ਮੰਤਰੀ ਲੱਗੇ, ਜੋ ਕਰਜ਼ਾ ਚੱਕੋ ਅੱਗੇ ਕਰੋ ਕੰਮ, ਨਹੀਂ ਉਹ ਕੋਈ ਵੀ ਕੰਮ ਥੋੜ੍ਹਾ ਹੁੰਦਾ। ਕੰਮ ਤਾਂ ਹੁੰਦਾ ਵੀ ਆਪਣੇ ਖਰਚੇ ਘਟਾਓ, ਪਹਿਲਾਂ ਤਾਂ ਵਾਇਦਾ ਤਾਂ ਇਹਨਾਂ ਦਾ ਇਹ ਸੀ ਵੀ ਅਸੀਂ ਖਰਚੇ ਘਟਾਵਾਂਗੇ, ਪਰ ਖਰਚੇ ਨਹੀਂ ਘਟਾ ਸਕੇ। ਖਰਚੇ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇ ਹੋਏ ਲੱਗਦੇ ਆ, ਕਿਉਂ ਪੋਸਟਰਬਾਜ਼ੀ ਇਸ਼ਤਿਹਾਰਬਾਜ਼ੀ ਦੇ ਪੈਸਾ ਬਰਬਾਦ ਕਰਦੇ ਨੇ, ਉਹੀ ਕੰਮ ਇਹ ਕਿਸੇ ਹੋਰ ਪਾਸੇ ਲਾਉਣ, ਪੈਸਾ ਨਹੀਂ ਲਾਉਂਦੇ। ਪ੍ਰਵਾਸ ਕਿੰਨਾ ਇੱਥੇ ਤੁਹਾਡੇ ਪਿੰਡ ਦੇ ਵਿੱਚ? ਹਾਂਜੀ, ਪ੍ਰਵਾਸੀ ਭਾਈਚਾਰਾ ਕਿੰਨਾ? ਸਾਡੇ ਤਕਰੀਬਨ ਸਾਡੇ ਸਮਝ ਲਓ ਤੁਸੀਂ ਇੱਥੇ 95% ਲੋਕ, 90% ਲੋਕ ਬਾਹਰ ਹੈ,
ਹਾਂਜੀ ਸਾਰੇ ਘਰ ਚੋਂ ਕੋਈ ਨਾ ਕੋਈ ਗਿਆ ਹੈ। ਇਸ ਪਿੰਡ ਦੇ ਵਿੱਚੋਂ 90% ਲੋਕ ਬਾਹਰ ਰਹਿੰਦੇ ਤੇ ਪਿੰਡ ਦੇ ਵਿੱਚ ਪ੍ਰਵਾਸੀ ਕਿੰਨੇ? ਪ੍ਰਵਾਸੀ ਸਾਡੇ ਸਮਝ ਲਓ ਵੀ ਹੁਣ ਤਾਂ 60-40 ਵਾਲੀ ਰੇਸ਼ੇ ਵਾ। ਹਾਂਜੀ ਨਹੀਂ ਪਿੱਛੇ ਕਈਆਂ ਨੇ ਮਤਾ ਪਾਇਆ ਨਾ ਕਿ ਪ੍ਰਵਾਸੀਆਂ ਨੂੰ ਰਹਿਣ ਨਹੀਂ ਦੇਣਾ। ਦੇਖੋ ਜੇ ਪ੍ਰਵਾਸੀ ਗਲਤ ਕਰਨਗੇ ਤਾਂ ਹੁੰਦਾ ਹੀ ਆ, ਹੁਣ ਤਾਂ ਇਤਰਾਜ ਤਾਂ ਇੱਥੇ ਵੀ ਹੋ ਸਕਦਾ ਜੇ ਕੋਈ ਗਲਤ ਕਰੂਗਾ, ਪਰ ਸਾਡੇ ਵਾਲੇ ਇਸ ਟਾਈਮ ਲੱਗਦਾ ਹੁਣ ਪਿੰਡਾਂ ਵਾਲਿਆਂ ਦਾ ਸਰਦਾ ਨਹੀਂ ਇਹਨਾਂ ਬਿਨਾਂ ਨਾ ਜੀ, ਇਹ ਤਾਂ ਪੱਕਾ ਹੀ ਆ। ਹੁਣ ਸਾਡੇ ਲੋਕ ਤਾਂ ਕੰਮ ਛੱਡ ਗਏ, ਕੰਮ ਤਾਂ ਸਾਰੇ ਜਿੰਨੇ ਨੇ ਉਸਾਰੀ ਦਾ ਲੈ ਲਓ ਚਾਹੇ ਖੇਤੀ ਦਾ ਲੈ ਲਓ, ਸਾਰੇ ਇਹਨਾਂ ਦੇ ਹੱਥ 'ਚ ਨੇ। ਹਾਂਜੀ ਬਜ਼ੁਰਗੋ, ਬੇਰੁਜ਼ਗਾਰੀ ਨੂੰ ਕਿਵੇਂ ਦੇਖਦੇ ਹੋ ਕਿ ਸਰਕਾਰ ਨੌਕਰੀਆਂ ਨਹੀਂ ਦਿੰਦੀ ਉਹ ਬੇਰੁਜ਼ਗਾਰੀ ਹੁੰਦੀ ਹੈ, ਉਹਨੂੰ ਮੰਨਦੇ ਹੋ? ਦੇਖੋ ਜੀ ਹੁਣ ਸਾਡੇ ਤਾਂ ਲੋਕ ਇੱਥੇ ਦੀ ਨੌਕਰੀ ਵੀ ਪਸੰਦ ਨਹੀਂ ਕਰਦੇ, ਜਿਹੜਾ ਦੇਖਦਾ ਚਲੋ ਬਾਹਰ ਜੇ ਇੱਥੇ। ਮੈਂ ਕਹਿੰਦਾ ਵੀ ਜੇ ਕਈ ਵਾਰੀ ਅਸੀਂ ਐਸੇ ਵੀ ਬੰਦੇ ਦੇਖੇ ਨੇ ਵੀ ਇੱਥੇ ਉਹਨਾਂ ਦੀ ਅਪੁਆਇੰਟਮੈਂਟ ਹੋ ਗਈ, ਕਹਿੰਦੇ ਨਹੀਂ ਜੀ ਮੇਰਾ ਵੀਜ਼ਾ ਲੱਗ ਗਿਆ ਮੈਂ ਤਾਂ ਬਾਹਰ ਚੱਲਿਆ। ਇਹ ਚੀਜ਼ ਹੈ ਕਿਉਂਕਿ ਪ੍ਰਵਾਸੀ ਜੇ ਸਾਡੇ ਪਿੰਡਾਂ 'ਚ ਆ ਕੇ ਕੰਮ ਕਰ ਸਕਦੇ ਫਿਰ ਸਾਡੇ ਨੌਜਵਾਨ ਕਿਉਂ ਨਹੀਂ ਕਰ ਸਕਦੇ? ਹਾਂ ਸਾਡੇ ਦੇਖੋ ਸਾਡੇ ਬੰਦੇ ਬਾਹਰ ਜਾ ਕੇ ਕੰਮ ਕਰਦੇ ਆ, ਇੱਥੇ ਕਈ ਬੰਦੇ ਐਸੇ ਨੇ ਬੜੇ ਅਮੀਰ ਘਰਾਣਿਆਂ ਦੇ ਲੋਕ ਜਾਂਦੇ ਨੇ ਪਰ ਉੱਥੇ ਜਾ ਕੇ ਕੰਮ ਕਰਦੇ ਆ, ਇੱਥੇ ਸਾਡੇ ਗਰੀਬ ਜਿਹੜਾ 10-12 ਪੜ੍ਹ ਗਿਆ ਉਹ ਵੀ ਜੋ ਕੰਮ ਨਹੀਂ ਕਰਦਾ ਵਿਹਲੇ ਫਿਰਦੇ ਨੇ। ਅਤੇ ਜਿਹੜੇ ਪਿੰਡਾਂ 'ਚ ਰਹਿ ਗਏ ਉਹ ਨਸ਼ਿਆਂ ਨੇ ਲਾ ਲਏ? ਦੇਖੋ ਜੀ ਨਸ਼ਾ ਤਾਂ ਹੁਣ ਤਕਰੀਬਨ ਹਰ ਥਾਂ 'ਤੇ ਹੈ, ਹਾਂਜੀ ਇਹਦੇ ਬਾਰੇ ਤਾਂ ਤੁਸੀਂ ਗੱਲ ਹੀ ਛੱਡ ਦਿਓ। ਗਲੀਆਂ ਨਾਲੀਆਂ ਨੂੰ ਛੱਡ ਕੇ ਹੋਰ ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਲੱਗਦਾ ਸੀ ਕਿ ਇਹ ਸਰਪੰਚ ਸਾਹਿਬ ਨੇ ਸਾਡੀ ਉਮੀਦ ਤੋਂ ਪਰੇ ਵਾਲੇ ਕੀਤੇ ਹੈ? ਕਿਉਂਕਿ ਗਲੀਆਂ ਨਾਲੀਆਂ ਤਾਂ ਆਮ ਮੰਗਾਂ ਨੇ, ਉਹ ਹਰ ਪਿੰਡ 'ਚ ਹਰ ਵੇਲੇ ਰਹਿਣੀਆਂ। ਹੋਰ ਤਾਂ ਐਡਾ ਕੋਈ ਇਹਨਾਂ ਨੇ ਕੰਮ ਕੀਤਾ ਵੀ ਐਡਾ ਹੈ ਨਹੀਂ, ਜਾਣੀ ਸਾਡੇ ਇੰਨਾ ਹੈਗਾ ਵੀ ਚਲੋ ਧੜੇਬੰਦੀ ਤੋਂ ਠੀਕ ਹੈ। ਸਾਰੇ ਸਰਪੰਚ ਨੇ ਵਧੀਆ ਕੰਮ ਕੀਤਾ ਜੀ, ਹੁਣ ਤੱਕ ਜਿੰਨੀ ਸਾਡੀ ਹੋਈ ਆ ਵਧੀਆ ਕੰਮ ਕੀਤਾ ਸਰਪੰਚ। ਕਿਉਂਕਿ ਅਸੀਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਕੇ ਆਏ ਤਾਂ ਉਹਨਾਂ ਨੇ ਕਿਹਾ ਕਿ 80-85% ਜਿਹੜੇ ਕੰਮ ਨੇ ਉਹ ਮੈਂ ਪੂਰੇ ਕਰ ਦਿੱਤੇ। ਹਾਂਜੀ ਕੀਤੇ ਕੰਮ ਕੀਤੇ ਨੇ, ਉਹਦੇ ਕੋਈ ਸ਼ੱਕ ਨਹੀਂ ਕਰੀ ਆਪਦਾ ਕੰਮ ਸਹੀ ਕਰਿਆ, ਪੱਖਬਾਜ਼ੀ ਨੂੰ ਕਦੇ ਪਾਰਟੀ ਦਾ ਨਹੀਂ ਇਹਨੇ ਕਰਿਆ, ਆਪਦਾ ਕੰਮ ਸਹੀ ਕਰਿਆ। ਹਾਂ ਕਹਿੰਦਾ ਨਹੀਂ ਵੀ ਮੈਂ ਮੇਰਾ ਬੰਦੇ ਨਹੀਂ ਮੈਨੂੰ ਵੋਟ ਨਹੀਂ ਪਾਈ ਮੈਂ ਇਹਨੂੰ ਨਹੀਂ ਕੰਮ ਕਰਨਾ, ਇਹਦਾ ਕੰਮ ਇਹਨੇ ਸਾਰੇ ਪਿੰਡ ਦਾ ਕਰਿਆ। ਤੁਹਾਡੇ ਆਉਂਦੇ ਜਾਂਦੇ ਆ? ਹਾਂ ਸਾਰਿਆਂ ਦੇ ਆਉਂਦਾ ਜਾਂਦਾ ਜੀ, ਕੋਈ ਨਹੀਂ ਹਾਂ ਜਾਂਦੇ ਆਉਂਦੇ ਬਹੁਤ ਵਧੀਆ। ਠੀਕ ਹੈ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸੋ ਇਹ ਪਿੰਡ ਦੇ ਕੁਛ ਜਿਹੜੇ ਨੇ ਖਾਸ ਬਜ਼ੁਰਗ, ਕਿਉਂਕਿ ਹਰ ਸੱਥ ਦੇ ਵਿੱਚ ਤੁਹਾਨੂੰ ਬਜ਼ੁਰਗ ਜਿਹੜੇ ਨੇ ਉਹ ਮਿਲਦੇ ਨੇ, ਨੌਜਵਾਨੀ ਚਾਹੇ ਬੇਸ਼ੱਕ ਪਿੰਡਾਂ ਦੇ ਵਿੱਚੋਂ ਹੁਣ ਘੱਟਦੀ ਜਾਂਦੀ ਹੈ ਪਰ ਬਜ਼ੁਰਗ ਤੁਹਾਨੂੰ ਸੱਥਾਂ ਦੇ ਉੱਤੇ ਜ਼ਰੂਰ ਮਿਲਣਗੇ। ਪਰ ਜਾਂਦੇ ਜਾਂਦੇ ਇੱਕ ਸਵਾਲ ਹੋਰ ਹੈ, ਹੁਣ ਜਿਹੜੇ ਸਰਪੰਚ ਸਾਹਿਬ ਕੰਮ ਕਰ ਗਏ ਉਹ ਤਾਂ ਠੀਕ ਹੈ ਪਰ ਜਿਹੜੇ ਹੁਣ ਅੱਗੇ ਆਉਣੇ ਨੇ ਉਹਨਾਂ ਤੋਂ ਕੀ ਮੰਗ ਹੈ ਤੁਹਾਡੀ? ਉਹ ਮੰਗ ਹੁਣ ਜੀ ਦੇਖੋ ਕਿਹੜਾ ਬਣਦਾ ਕੀ ਕਰਨਗੇ ਕੀ ਨਾ। ਨਹੀਂ ਪਰ ਸਰਪੰਚ ਤਾਂ ਇੱਕ ਨੇ ਤਾਂ ਬਣਨਾ ਹੀ ਹੈ, ਚੋਣ ਨਿਸ਼ਾਨ ਅਲਾਟ ਨਹੀਂ ਹੁੰਦਾ, ਬੰਦੇ ਖੜ ਨਹੀਂ ਜਾਂਦੇ ਉਹਨਾਂ ਚਿਰ ਤਾਂ ਸਾਨੂੰ ਕਲੀਅਰ ਨਹੀਂ ਹੁੰਦਾ ਵੀ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ, ਸਾਨੂੰ ਖੁਦ ਨਹੀਂ ਪਤਾ। ਪਰ ਵੋਟ ਪਾਉਣੀ ਤਾਂ ਬਾਅਦ ਦੀ ਗੱਲ ਹੈ ਪਰ ਮੁੱਦੇ ਤਾਂ ਜਿਹੜੇ ਨੇ ਉਹ ਤਾਂ ਰਹਿਣੇ ਨੇ, ਸਰਪੰਚ ਤਾਂ ਇੱਕ ਨੇ ਬਣਨਾ ਹੀ ਹੈ। ਹਾਂਜੀ ਇਹ ਤਾਂ ਹੈਗਾ, ਉਹਨਾਂ ਤੋਂ ਕੀ ਮੰਗ ਹੈ ਕਿ ਇਹ ਕੰਮ ਪਿਛਲੀ ਵਾਰ ਨਹੀਂ ਹੋਏ ਪਰ ਇਸ ਵਾਰ ਕਰਵਾ ਲੈਣੇ? ਕੋਸ਼ਿਸ਼ ਤਾਂ ਸਾਡੀ ਵੀ ਜਿਹੜੇ ਸਰਪੰਚ ਆਉਣ ਜਾਂ ਪੰਚਾਇਤ ਆਵੇ ਤਕਰੀਬਨ ਉਹ ਨਸ਼ਿਆਂ ਨੂੰ ਠੱਲ ਪਾਵੇ। ਸਿਆਸਤ ਜਿੱਥੇ ਪੂਰੀ ਤਰ੍ਹਾਂ ਪੱਖੀ ਹੋਈ ਹੈ ਉੱਥੇ ਮਾਈ ਪੰਜਾਬੀ ਦੀ ਟੀਮ ਤੁਹਾਨੂੰ ਹਰ ਪਿੰਡ ਦੀ ਫੇਰੀ ਕਰਵਾ ਰਹੀ ਹੈ। ਹੁਣ ਅਸੀਂ ਪਹੁੰਚੇ ਹਾਂ ਕਿਲ੍ਹਾ ਰਾਜਪੁਰ ਦੇ ਵਿੱਚ, ਇੱਥੇ ਤੁਹਾਨੂੰ ਸਾਬਕਾ ਸਰਪੰਚ ਗਿਆਨ ਸਿੰਘ ਹੋਣਾ ਦੇ ਨਾਲ ਮਿਲਾਵਾਂਗੇ, ਗੱਲਬਾਤ ਕਰਾਂਗੇ ਉਹਨਾਂ ਦਾ ਪਿਛਲਾ 5 ਸਾਲ ਦਾ ਦੌਰ ਕਿਵੇਂ ਦਾ ਰਿਹਾ, ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਨਾ ਰਿਹਾ ਅਤੇ ਕਿੰਨਾ ਮੁੱਦਿਆਂ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਕੰਮ ਕੀਤਾ ਗਿਆ। ਸਤਿ ਸ਼੍ਰੀ ਅਕਾਲ ਸਰ, ਮਾਈ ਪੰਜਾਬੀ ਟੀਵੀ 'ਤੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਹਿਲਾਂ ਮੈਂ ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਮਾਈ ਪੰਜਾਬੀ ਟੀਵੀ ਵਾਲਿਆਂ ਨੂੰ ਸਾਡੇ ਪਿੰਡ ਕਿਲ੍ਹਾ ਰਾਜਪੁਰ ਸਾਡੇ ਪਿੰਡ ਦੀ ਕਵਰੇਜ ਕਰਨ ਲਈ ਆਉਣ ਲਈ ਮੈਂ ਇਹਨਾਂ ਦਾ ਤਹਿ ਦਿਲੋਂ
ਧੰਨਵਾਦ ਕਰਦਾ ਹਾਂ ਅਤੇ ਸਾਡੇ ਪਿੰਡ ਆਏ ਨੇ। ਔਰ ਮੈਂ ਆਪਣੇ ਪਿੰਡ ਦਾ ਸਾਬਕਾ ਸਰਪੰਚ ਸਰਦਾਰ ਗਿਆਨ ਸਿੰਘ। ਜਿਸ ਤਰ੍ਹਾਂ ਮੈਂ ਕਿਹਾ ਕਿ ਪੰਚਾਇਤੀ ਚੋਣਾਂ ਦਾ ਦੌਰ ਹੈ, ਸਿਆਸਤ ਬਿਲਕੁਲ ਪੱਕੀ ਹੋਈ ਹੈ, ਤੁਹਾਡੇ ਪਿੰਡ ਦਾ ਕੀ ਹਾਲ ਹੈ? ਪੰਜਾਬ ਦਾ ਜਿਹੜਾ ਆਪਣਾ ਹੈਗਾ ਪੰਚਾਇਤੀ ਇਲੈਕਸ਼ਨ ਆ, ਇਹ ਸਾਰਿਆਂ ਤੋਂ ਮੇਨ ਭਾਈਚਾਰੇ ਦੀ ਇਲੈਕਸ਼ਨ ਔਰ ਇਕੱਲੇ ਇਕੱਲੇ ਵੋਟਰ 'ਤੇ ਇਹ ਡਿਪੈਂਡ ਕਰਦੀ ਆ ਇਹ ਪੰਚਾਇਤੀ ਇਲੈਕਸ਼ਨ। ਔਰ ਇਹ ਪੰਚਾਇਤੀ ਇਲੈਕਸ਼ਨ ਜਦੋਂ ਵੀ ਗੌਰਮੈਂਟ ਅਨਾਊਂਸ ਕਰਦੀ ਆ ਤਾਂ ਇਹ ਉਦੋਂ ਤੋਂ ਹੀ ਅਖਾੜਾ ਭਖਣਾ ਸ਼ੁਰੂ ਹੋ ਜਾਂਦਾ। ਜਿਉਂ ਜਿਉਂ ਇਲੈਕਸ਼ਨ ਦੇ ਦਿਨ ਨੇੜੇ ਆਉਂਦੇ ਆ ਤਾਂ ਇਹ ਡੇ ਬਾਈ ਡੇ ਇਹ ਹੋਰ ਆਪਣਾ ਰੰਗ ਲਿਆਉਂਦੀ ਆ ਅਤੇ ਪਿੰਡ ਦੀਆਂ ਨੁੱਕੜਾਂ 'ਚ ਮੀਟਿੰਗਾਂ, ਭਾਈਚਾਰੇ ਦੀਆਂ ਮੀਟਿੰਗਾਂ, ਐਤਕੀ ਕਿਹਦੀ ਆਪਾਂ ਪੰਚਾਇਤ ਬਣਾਈਏ ਅਤੇ ਇਹ ਚਰਚਾ ਖੁੰਡ ਚਰਚਾ ਸਾਰੇ ਪਾਸੇ ਪਿੰਡਾਂ 'ਚ ਸ਼ੁਰੂ ਹੋ ਜਾਂਦੀ ਹੈ। ਪਿਛਲੇ 5 ਸਾਲ ਤੁਸੀਂ ਰਹੇ ਹੋ ਇਸ ਪਿੰਡ ਦੇ ਵਿੱਚ ਬਤੌਰ ਸਰਪੰਚ, ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ, ਕਿਹੜੇ ਐਸੇ ਕੰਮ ਸੀ ਜਿਹੜੇ ਤੁਹਾਡੇ ਤੋਂ ਪਹਿਲਾਂ ਨਹੀਂ ਹੋਏ ਔਰ ਤੁਹਾਡੀ ਟਾਈਮ ਦੇ ਵਿੱਚ ਜਿਹੜੇ ਆ ਤੁਸੀਂ ਪੂਰੇ ਕੀਤੇ ਨੇ? ਮੈਂ ਅਸੀਂ ਸਾਡੀ ਜਦੋਂ ਇਲੈਕਸ਼ਨ ਹੋਈ ਸੀ ਸਾਡੀ ਨੌਜਵਾਨ ਸਭਾ ਸੀਗੀ ਔਰ ਅਸੀਂ ਸਾਰਿਆਂ ਨੇ ਰਲ ਕੇ ਹਰੇਕ ਜਿਹੜਾ ਨੌਜਵਾਨ ਆ ਉਹ ਆਪਣੇ ਪਿੰਡ ਨੂੰ ਸੋਹਣਾ ਬਣਾਉਣ ਲਈ, ਬਿਹਤਰ ਬਣਾਉਣ ਲਈ ਆਪਾਂ ਇਹ ਚੀਜ਼ਾਂ 'ਚ ਪੈਰ ਰੱਖਦੇ ਹਾਂ ਪੰਚਾਇਤੀ ਇਲੈਕਸ਼ਨ 'ਚ, ਵੀ ਜਿਹੜੇ ਪਿਛਲੇ ਨਹੀਂ ਕਰ ਸਕੇ ਉਹ ਅਸੀਂ ਕੋਸ਼ਿਸ਼ ਕਰੀਏ ਕਰਕੇ ਦਿਖਾਏ। ਹਰੇਕ ਸਰਪੰਚ ਦੀ ਇਹ ਇੱਛਾ ਹੁੰਦੀ ਆ ਵੀ ਮੈਂ ਵੀ ਆਪਣੇ ਪਿੰਡ 'ਚ ਮੈਡੀਕਲ ਦੀ ਸਹੂਲਤਾਂ, ਐਜੂਕੇਸ਼ਨ ਦੀਆਂ, ਸਾਡੇ ਲੋਕਾਂ ਦੀਆਂ ਗਲੀਆਂ ਜੋ ਵੀ ਚੀਜ਼ਾਂ ਹੁੰਦੀਆਂ ਨੇ ਵੀ ਅਸੀਂ ਉਹਨੂੰ ਬਿਹਤਰ ਬਣਾਈਏ। ਔਰ ਜਦੋਂ ਅਸੀਂ ਇਹ ਇਲੈਕਸ਼ਨ ਲੜੀ ਅਸੀਂ ਜਿੱਤੇ, ਸਾਡੇ 2 ਸਰਪੰਚ ਸੀਗੇ ਮੇਰੇ, ਇੱਕ ਉਲਟ ਓਪੋਜੀਸ਼ਨ 'ਚ ਸੀਗਾ ਅਤੇ 2 ਧਿਰਾਂ ਹੀ ਖੜੀਆਂ ਸੀਗੀਆਂ ਔਰ ਅਸੀਂ ਇੱਕ ਔਰ 8 ਪੰਚਾਂ ਦੇ ਨਾਲ ਆਪਣੀ ਪੰਚਾਇਤ ਬਣਾਈ ਸੀਗੀ। ਚਲੋ ਉਸ ਤਰ੍ਹਾਂ ਸੀਗਾ ਇਹ ਵੀ ਮੇਨ ਹੁੰਦਾ, ਹੌਲੀ ਹੌਲੀ ਸਮਾਂ ਬਣ ਕੇ ਉਹ ਵੀ ਚੀਜ਼ਾਂ ਬਦਲ ਗਈਆਂ। ਮਕਸਦ ਇਹ ਸੀ ਵੀ ਅਸੀਂ ਪੰਚਾਇਤ ਬਣਾਈ, ਲੋਕਾਂ ਨੇ ਸਾਨੂੰ ਫਤਵਾ ਦਿੱਤਾ ਤਾਂ ਅਸੀਂ ਪਿੰਡ 'ਚ ਕੀ ਕਰਨਾ ਸੀ? ਸਾਰਿਆਂ ਤੋਂ ਪਹਿਲਾਂ ਇਹ ਆਉਂਦਾ ਸੀ ਆਪਾਂ ਨੂੰ ਵੀ ਆਪਾਂ ਹੁਣ ਇਸ ਕੁਰਸੀ 'ਤੇ ਤਾਂ ਬੈਠ ਗਏ ਅਤੇ ਆਪਾਂ ਹੁਣ ਪਿੰਡ 'ਚ ਇਸ ਕੁਰਸੀ ਨੂੰ, ਜੋ ਇੱਕ ਪਿੰਡ ਇੱਕ ਵਿਸ਼ਵਾਸ ਦੇ ਨਾਲ ਕਿਸੇ ਨੂੰ ਚੁਣ ਕੇ ਸਰਪੰਚ ਬਣਾਉਂਦਾ, ਉਹ ਤਾਂ ਪਿੰਡ ਦੀਆਂ ਆਸਾਂ ਹੁੰਦੀਆਂ ਨੇਗੀਆਂ ਵੀ ਇਹ ਸਾਡੀਆਂ ਆਸਾਂ 'ਤੇ ਖਰਾ ਉਤਰੇ। ਅਤੇ ਸਾਰਿਆਂ ਤੋਂ ਪਹਿਲਾਂ ਤਾਂ ਇਹ ਚੀਜ਼ ਮਾਇੰਡ 'ਚ ਸੈੱਟ ਕਰਨੀ ਆ ਵੀ ਹੁਣ ਆਪਾਂ ਕਿਸੇ ਨੂੰ ਕੋਈ ਅਪਸ਼ਬਦ, ਧੀਆਂ ਭੈਣਾਂ ਦੀ ਇੱਜ਼ਤ, ਸਾਰੀਆਂ ਸਰਪੰਚ ਦਾ ਹਰ ਪੱਖੋਂ ਕਰੈਕਟਰ, ਆਪਾਂ ਨੂੰ ਇਹ ਚੀਜ਼ਾਂ ਪਹਿਲਾਂ ਅਪਣਾਉਣੀਆਂ ਪੈਂਦੀਆਂ ਨੇ, ਬਾਕੀ ਗੱਲਾਂ ਸਾਰਿਆਂ ਤੋਂ ਬਾਅਦ ਦੀਆਂ ਨੇਗੀਆਂ। ਔਰ ਜਿਉਂ ਜਿਉਂ ਹੈ ਤਾਂ ਸਾਨੂੰ ਪਤਾ ਲੱਗਿਆ ਸਾਨੂੰ ਇਹਦੇ ਬਾਰੇ ਪਹਿਲਾਂ ਨਹੀਂ, ਔਰ ਜੋ ਸਾਨੂੰ ਗੌਰਮੈਂਟ ਤੋਂ ਗਰਾਂਟਾਂ ਮਿਲਦੀਆਂ ਨੇਗੀਆਂ ਅਤੇ ਉਹਨਾਂ 'ਤੇ ਅਸੀਂ ਵਰਕ ਕਰਨਾ ਸ਼ੁਰੂ ਕੀਤਾ। ਅਤੇ ਸਾਡੇ ਪਿੰਡ 'ਚ ਪਹਿਲਾਂ ਮੇਨ ਸਾਡੀਆਂ ਗਲੀਆਂ ਨਾਲੀਆਂ ਨੇ ਜਿੱਥੋਂ ਕਿ ਹਜੇ ਤੱਕ ਆਪਣਾ ਪੰਜਾਬ ਬਾਹਰ ਨਿਕਲ ਹੀ ਨਹੀਂ ਸਕਿਆ ਹੈਗਾ। ਬਿਲਕੁਲ, ਮੈਂ ਇਸ ਗੱਲ 'ਤੇ ਆਉਣਾ ਸੀ ਕਿਉਂਕਿ ਗਲੀਆਂ ਨਾਲੀਆਂ ਤਾਂ ਇਹ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਮੁੱਦੇ ਨੇ, ਬੜੇ ਛੋਟੇ ਮੁੱਦੇ ਨੇ ਕਿ ਗਲੀਆਂ ਨਹੀਂ ਬਣੀਆਂ, ਨਾਲੀਆਂ ਨਹੀਂ ਬਣੀਆਂ, ਪਰ ਇਸ ਤੋਂ ਉੱਤੇ ਉੱਠ ਕੇ ਵੀ ਹੁਣ ਬਹੁਤ ਸਾਰੇ ਮੁੱਦੇ ਨੇ। ਉਹ ਚਾਹੇ ਤੁਸੀਂ ਪਹਿਲਾਂ ਵੀ ਕਹਿ ਕੇ ਹਟੇ ਹੋ ਕਿ ਸਿੱਖਿਆ ਨੂੰ ਲੈ ਕੇ ਹੈ ਜਾਂ ਸਿਹਤ ਸਹੂਲਤਾਂ ਨੂੰ ਲੈ ਕੇ ਹੈ, ਹਾਲਾਂਕਿ ਅਸੀਂ ਤੁਹਾਡੇ ਪਿੰਡ ਦਾ ਦੌਰਾ ਕੀਤਾ ਤਾਂ ਸੜਕਾਂ ਪੱਕੀਆਂ ਨੇ, ਇਸ ਗੱਲ ਦੀ ਸ਼ਲਾਘਾ ਤੁਹਾਡੇ ਪਿੰਡ ਵਾਲੇ ਵੀ ਕਰਦੇ ਨੇ, ਪਰ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਤੁਹਾਨੂੰ ਆਪਣੇ 5 ਸਾਲਾਂ ਦੇ ਵਿੱਚ ਕਰਨਾ ਪਿਆ? ਸਾਡੀ ਜਦੋਂ ਅਸੀਂ ਮੈਂ ਸਰਪੰਚ ਚੁਣਿਆ ਗਿਆ ਪਿੰਡ ਕੰਨੀਓ, ਸਾਡੇ ਮੂਹਰੇ ਪਹਿਲੀ ਸਮੱਸਿਆ ਇਹ ਆਉਂਦੀ ਆ ਵੀ ਸਾਡੀਆਂ ਗਲੀਆਂ ਨਹੀਂ ਬਣੀਆਂ ਹੈਗੀਆਂ ਔਰ ਅਸੀਂ 40-50 ਸਾਲ ਪੁਰਾਣੀਆਂ ਵੀ ਗਲੀਆਂ ਬਣਾਈਆਂ ਨੇਗੀਆਂ ਅਤੇ ਉਹਨਾਂ ਨੂੰ ਬਣਾਉਣ ਦੀ ਖਾਤਰ ਸਾਡੀ ਤਾਂ ਪਹਿਲਾਂ ਸੋਚ ਲੋਕਾਂ ਦੇ ਮੁਤਾਬਕ ਸਾਨੂੰ ਚੱਲਣਾ ਪੈਂਦਾ, ਜੋ ਲੋਕਾਂ ਦੀ ਡਿਮਾਂਡ ਆ ਉਹ ਪਹਿਲੀ ਡਿਮਾਂਡ ਹਰੇਕ ਦੀ ਇਹ ਸੀ ਵੀ ਸਾਡੀਆਂ ਗਲੀਆਂ ਨੂੰ, ਸਾਡੀਆਂ ਨੂੰ ਰੈਨੋਵੇਟ ਕੀਤਾ ਜਾਵੇ, ਬਣਾਈਆਂ ਜਾਣ ਅਤੇ ਅਸੀਂ ਉਹਨਾਂ 'ਤੇ ਵਰਕ ਸ਼ੁਰੂ ਕੀਤਾ। ਔਰ ਜੋ ਅਸੀਂ ਪਿੰਡ 'ਚ ਪਹਿਲਾਂ ਅਸੀਂ ਆਪਣਾ ਵਰਕ ਸਟਾਰਟ ਕੀਤਾ ਮੈਨੂੰ ਅੱਜ ਵੀ ਯਾਦ ਆ, ਉੱਥੋਂ ਮੈਂ ਆਪਣੀ ਸਰਪੰਚੀ ਸਿਰਫ ਇੱਕ ਵਾਰਡ 'ਚੋਂ ਹਾਰਿਆ ਸੀਗਾ
ਔਰ ਸਾਰੇ 10 ਵਾਰਡਾਂ ਜਿੱਤੇ ਸੀ, 11 ਵਾਰਡ ਨੇ ਸਾਡੇ, ਔਰ ਉੱਥੋਂ ਸਾਡਾ ਪੰਚਾਇਤ ਮੈਂਬਰ ਵੀ ਹਾਰਿਆ ਸੀਗਾ। ਔਰ ਸਾਨੂੰ ਜੋ ਪਹਿਲੀ ਵਿੱਤ ਕਮਿਸ਼ਨ ਦੀ ਗ੍ਰਾਂਟ ਔਰ MLA ਸਾਹਿਬ ਵੱਲੋਂ ਸਾਨੂੰ ਇੱਕ ਚੈੱਕ ਦਿੱਤਾ ਗਿਆ ਸੀਗਾ MP ਕੋਟੇ ਦਾ, ਅਤੇ ਉਹ ਅਸੀਂ ਉਹ ਗ੍ਰਾਂਟ ਪਹਿਲਾਂ ਅਸੀਂ ਉਸ ਵਾਰਡ 'ਤੇ ਲਾਈ ਜਿੱਥੋਂ ਅਸੀਂ ਮੈਂ ਵੀ ਔਰ ਮੇਰਾ ਪੰਚਾਇਤ ਮੈਂਬਰ ਵੀ ਲੋਸ 'ਚ ਗਏ ਸੀਗੇ। ਔਰ ਉਹ ਜਿਹੜਾ ਰਸਤਾ ਸਾਡਾ ਮੇਨ ਅੱਧਾ ਪਿੰਡ ਸਾਡੇ ਪਿੰਡ ਦੀ ਡੈਰੀ ਪੈਂਦੀ ਆ ਔਰ ਇੱਧਰਲੇ ਪਾਸੇ ਬਾਜ਼ਾਰ ਆ ਔਰ ਉੱਧਰ ਡੈਰੀ ਆ, ਅਸੀਂ ਉਸ ਰਸਤੇ ਨੂੰ ਪਹਿਲਾਂ ਪੱਕਾ ਕੀਤਾ ਜਿੱਥੋਂ ਅਸੀਂ ਹਾਰੇ ਵੀ ਸੀ, ਅਤੇ ਸਾਡਾ ਪਿੰਡ ਅੱਧਾ ਇੱਕ ਪਾਸੇ ਜਾਂਦਾ ਅਤੇ ਇੱਕ ਪਾਸੇ ਜਿੱਥੋਂ ਅਸੀਂ ਆਪਣੀ ਪਾਰਟੀਬਾਜ਼ੀ ਖਤਮ ਕਰਨ ਦੀ ਪਹਿਲ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਵਰਕ ਸ਼ੁਰੂ ਕੀਤਾ, ਫਿਰ 2-4 ਮਹੀਨੇ ਕੰਮ ਗ੍ਰਾਂਟਾਂ ਨਾਲ ਚੱਲਦਾ ਵਾ, ਇਹ ਤਾਂ ਹੈ ਨਹੀਂ ਵੀ ਆਪਾਂ ਸਰਪੰਚ ਬਣ ਗਏ, ਪੈਸਿਆਂ ਦੀ ਤਾਂ ਸਾਰਿਆਂ ਤੋਂ ਵੱਧ ਜ਼ਰੂਰਤ ਹੁੰਦੀ ਆ ਗ੍ਰਾਂਟਾਂ ਦੀ। ਫਿਰ ਜਿਵੇਂ ਸਮੇਂ ਨਾਲ ਸਾਨੂੰ ਗ੍ਰਾਂਟਾਂ ਆਉਂਦੀਆਂ ਰਹੀਆਂ ਵਿੱਤ ਕਮਿਸ਼ਨ ਦੀਆਂ, ਅਸੀਂ ਉਵੇਂ ਪਿੰਡ ਬਣਾਉਣਾ ਸ਼ੁਰੂ ਕੀਤਾ। ਔਰ ਅੱਗੇ ਜਿਹੜੇ ਸਾਡੇ ਪਿੰਡ 'ਚ ਕੰਮ ਕਰਦੇ ਸੀ ਸਰਪੰਚਾਂ ਦਾ, ਚਲੋ ਸਾਰੇ ਸਰਪੰਚ ਸਿਆਣੇ ਹੁੰਦੇ ਆ, ਉਹਨਾਂ ਨੇ ਕਿੱਦਾਂ ਕੰਮ ਕਰਨਾ। ਔਰ ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਸਾਡੇ ਜਿਹੜੇ 11 ਵਾਰਡ ਸੀ, ਅਸੀਂ 11 ਦੇ 11 ਵਾਰਡ 'ਚ ਵਰਕ ਕਰਨ ਦਾ ਇਹ ਆਪਣੇ ਮਨ 'ਚ ਪ੍ਰਣ ਕੀਤਾ ਵੀ ਇੱਕ ਇਹ ਨਹੀਂ ਹੈਗਾ ਵੀ ਮੈਂ ਆਪਦੇ ਵਾਰਡ 'ਚ ਹੀ ਕੰਮ ਕਰਨਾ, ਉਹ ਹੈ ਨਹੀਂ। ਤਾਂ ਸਾਰੇ ਪੰਚਾਂ ਨੂੰ ਪੁੱਛਿਆ ਵੀ ਸਾਨੂੰ ਆਪਣੇ ਆਪਣੇ ਵਾਰਡਾਂ ਦੀ ਲਿਸਟ ਦੇ ਦਿਉ ਵੀ ਆਪਾਂ ਕਿੱਥੇ ਕਿੱਥੇ ਕੰਮ ਕਰਨਾ, ਤੁਸੀਂ ਕਿਹੜੇ ਕਿਹੜੇ ਕੰਮਾਂ ਨੂੰ ਪਹਿਲ ਦੇਣੀ ਆ। ਉਹਨਾਂ ਨੇ ਮੈਨੂੰ ਲਿਸਟ ਬਣਾ ਕੇ ਦਿੱਤੀ ਸਾਰੇ ਪੰਚਾਂ ਨੇ ਵੀ ਸਾਨੂੰ ਆਹ ਆਪਣੇ ਵਾਰਡਾਂ ਦੀ ਲੋੜ ਆ। ਫਿਰ ਉਸ ਨੂੰ ਅਸੀਂ ਸਿਸਟਮ ਦੇ ਮੁਤਾਬਕ ਗ੍ਰਾਂਟਾਂ ਕਨਵਰਟ ਕਰਕੇ ਵੀ ਇੰਨੇ ਕੁ ਗ੍ਰਾਂਟ ਨਾਲ ਆਹ ਕੰਮ ਸਾਡਾ ਗਲੀਆਂ ਦਾ ਹੋਜੂਗਾ, ਇੰਨੀਆਂ ਨਾਲ ਉਹ ਹੋਜੂ, ਵੀ ਕੋਈ ਗਲੀ ਵਿਚਾਲੇ ਮੰਨਾ ਰਹਿ ਜਾਵੇ ਔਰ ਸਾਡਾ ਕੰਮ ਵੀ ਸਿਰੇ ਚੜ੍ਹ ਜੇ। ਜਦੋਂ ਅਸੀਂ 2-3 ਸਾਲ ਅਸੀਂ ਇਹ ਚੀਜ਼ਾਂ ਦੇ 1.5 ਸਾਲ ਕੰਮ ਕੀਤਾ ਤਾਂ ਸਾਰੇ ਪਿੰਡ ਨੂੰ ਇਹ ਹੋ ਗਿਆ ਵੀ ਇਹੀ ਪੰਚਾਇਤ ਸਾਡੀਆਂ ਗਲੀਆਂ ਨਾਲੀਆਂ ਸਾਡੀਆਂ ਪੱਕੀਆਂ ਕਰਵਾ ਸਕਦੀ ਹੈ, ਜਿਹੜੀਆਂ ਕਿ ਨਹੀਂ ਹੋਈਆਂ ਸੀ। 50 ਸਾਲ ਬਹੁਤ ਆ, ਜੇ ਆਪਾਂ ਸਰਪੰਚ ਦੇਖੀਏ ਤਾਂ 50 ਸਾਲਾਂ 'ਚ, ਜੇ ਆਪਾਂ 40 ਸਾਲ ਵੀ ਲਾ ਲਈਏ, 8 ਸਰਪੰਚਾਂ ਦਾ ਟਾਈਮ ਪੀਰੀਅਡ ਆ ਜਾਂਦਾ ਉਹਦੇ 'ਚ, ਵੀ ਜੇ ਉਹਨਾਂ ਦੀਆਂ ਗਲੀਆਂ ਨਹੀਂ ਬਣੀਆਂ ਤਾਂ ਉਹਨਾਂ ਨੇ ਸਾਡੇ 'ਤੇ ਆਸਾਂ ਜਗਾਈਆਂ। ਔਰ ਗਲੀਆਂ ਤੋਂ ਬਿਨਾਂ ਮੇਰੇ ਕੋਲ ਇੱਥੇ ਆ ਕੇ ਇਹ ਸੀ ਵੀ ਸਰਪੰਚ ਸਾਹਿਬ ਸਾਡੀ ਗਲੀ ਜ਼ਰੂਰ ਬਣਾ ਦਿਓ, ਸਾਨੂੰ ਬਹੁਤ ਉਮੀਦਾਂ ਨੇ, ਨਹੀਂ ਤੁਸੀਂ ਚਲੇ ਗਏ ਫਿਰ ਸਾਡੀਆਂ ਗਲੀਆਂ ਕਿਸੇ ਨੇ ਨਹੀਂ ਬਣਾਉਣੀਆਂ। ਔਰ ਫਿਰ ਅਸੀਂ ਇਸ ਚੀਜ਼ 'ਤੇ ਸੋਚਿਆ ਵੀ ਆਪਾਂ ਨੂੰ ਪਹਿਲਾਂ ਗਲੀਆਂ ਦਾ ਕੰਮ ਕਰਨਾ ਪੈਣਾ ਵਾ, ਫਿਰ ਆਪਾਂ ਅਗਲੇ ਸਟੈਪ 'ਤੇ ਜਾਵਾਂਗੇ। ਔਰ ਸਾਨੂੰ ਗ੍ਰਾਂਟਾਂ ਪਰਮਾਤਮਾ ਦੀ ਕਿਰਪਾ ਨਾਲ ਵਿੱਤ ਕਮਿਸ਼ਨ ਜਿਹੜੀ ਪਾਪੂਲੇਸ਼ਨ ਦੇ ਹਿਸਾਬ ਨਾਲ ਗ੍ਰਾਂਟਾਂ ਆਉਂਦੀਆਂ ਸੀ ਸਾਨੂੰ ਆਈ ਗਈਆਂ, ਅਸੀਂ ਕੰਮ ਸ਼ੁਰੂ ਕੀਤਾ। ਔਰ ਅਸੀਂ ਸਾਰੇ ਪਿੰਡ 'ਚ 11 ਦੇ 11 ਵਾਰਡਾਂ 'ਚ ਅਸੀਂ ਕੰਮ ਕੀਤਾ, ਮੇਰਾ 70-80% ਅਸੀਂ ਪਿੰਡ ਗਲੀਆਂ ਨਾਲੀਆਂ ਦਾ ਕੰਪਲੀਟ ਕਰਤਾ। ਗ੍ਰਾਂਟਾਂ ਦੀ ਤੁਸੀਂ ਗੱਲ ਕੀਤੀ ਹੈ, ਅਕਸਰ ਹੀ ਸਰਪੰਚਾਂ ਦੀ ਜਿਹੜੀ ਹੈ ਉਹ ਸ਼ਿਕਾਇਤ ਰਹਿੰਦੀ ਹੈ ਕਿਉਂਕਿ ਸਰਕਾਰ ਉਹ ਨਹੀਂ ਹੁੰਦੀ ਜਿਸ ਸਰਕਾਰ ਤੋਂ ਸਰਪੰਚ ਹੁੰਦਾ। ਜਿਸ ਤਰ੍ਹਾਂ ਤੁਸੀਂ ਵੀ ਲੜੇ, ਤੁਸੀਂ ਅਕਾਲੀ ਦਲ ਦੇ ਨਾਲ ਸੀਗੇ ਤਾਂ ਕਾਂਗਰਸ ਉਸ ਸਮੇਂ ਦੀ ਸਰਕਾਰ ਸੀ, ਗ੍ਰਾਂਟਾਂ ਦੇ ਵਿੱਚ ਦਿੱਕਤ ਨਹੀਂ ਆਈ ਕਿਉਂਕਿ ਅਕਸਰ ਸਰਪੰਚ ਸ਼ਿਕਾਇਤ ਕਰਦੇ ਨੇ? ਦੇਖੋ, ਜਿਹੜੀ ਪੰਜਾਬ ਸਰਕਾਰ ਤੋਂ ਗ੍ਰਾਂਟਾਂ ਮਿਲਦੀਆਂ ਨੇ ਉਹ ਹੈਗੀਆਂ ਨੇ, ਇੱਕ MP ਕੋਟੇ ਦੀ ਹੁੰਦੀ ਆ ਔਰ ਇੱਕ MLA ਸਾਹਿਬ ਨੇ ਗ੍ਰਾਂਟ ਦੇਣੀ ਹੁੰਦੀ ਆ ਜਿਹੜੀਆਂ। ਔਰ ਜਿਹੜੀ ਵਿੱਤ ਕਮਿਸ਼ਨ ਦੀ ਸਾਡੇ ਵੇਲੇ ਉਦੋਂ 14ਵਾਂ ਵਿੱਤ ਕਮਿਸ਼ਨ ਚੱਲਦਾ ਸੀ, ਹੁਣ 15ਵਾਂ ਚੱਲ ਪਿਆ, ਇਹ ਗ੍ਰਾਂਟਾਂ ਸਾਨੂੰ ਵੀ ਪੈ ਕੇ ਪਤਾ ਲੱਗਿਆ, ਇਹ ਗ੍ਰਾਂਟਾਂ ਜਦੋਂ ਸਰਪੰਚ ਦੇ ਅਕਾਊਂਟ 'ਚ ਆਉਂਦੀਆਂ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ, ਇਹ ਆਟੋਮੈਟਿਕਲੀ ਖਾਤੇ 'ਚ ਆ ਜਾਂਦੀਆਂ। ਇਹ ਸਾਨੂੰ ਨਹੀਂ ਪਤਾ ਇਸ ਤੋਂ ਪਹਿਲਾਂ, ਸਭ ਤੋਂ ਪਹਿਲਾਂ ਇਹ ਸਿਸਟਮ ਕਿੱਦਾਂ ਸੀ ਕਿੱਦਾਂ ਨਹੀਂ, ਪਰ ਹੁਣ ਵੀ ਜਿਹੜੀਆਂ ਇਹ ਵਿੱਤ ਕਮਿਸ਼ਨ ਦੀਆਂ ਜੋ ਸੈਂਟਰ ਗੌਰਮੈਂਟ ਤੋਂ ਜਾਂ ਆਪਣੇ ਵਿੱਤ ਕਮਿਸ਼ਨ ਜਿਹੜੇ ਹੈਗੇ ਨੇ ਜ਼ਿਲ੍ਹਾ ਪ੍ਰੀਸ਼ਦ ਤੋਂ ਆਉਂਦੀਆਂ ਨੇ, ਇਹ ਸਿੱਧੀਆਂ ਸਰਪੰਚਾਂ ਦੇ ਅਕਾਊਂਟ 'ਚ ਆਉਂਦੀਆਂ, ਜਿਹਤੇ ਕਿਸੇ ਦਾ ਉਹ ਨਹੀਂ। ਬਟ ਇਹ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਨੇ ਇਹ 3 ਭਾਗਾਂ 'ਚ ਵੰਡੀਆਂ ਹੁੰਦੀਆਂ ਨੇ,
ਇੱਕ 50% ਖੁੱਲ੍ਹੀ ਹੁੰਦੀ ਆ, 25-25% ਦੋ ਪੋਰਸ਼ਨਾਂ 'ਚ ਵੰਡੀ ਹੁੰਦੀ ਆ। ਔਰ ਇਹ ਸਾਨੂੰ ਗਰਾਂਟਾਂ ਉਸੇ ਪਰਪਸ 'ਤੇ ਯੂਜ਼ ਕਰਨੀਆਂ ਪੈਂਦੀਆਂ। ਜੇ ਅਸੀਂ ਇਹ ਗਰਾਂਟਾਂ ਦਾ ਪਰਪਸ ਚੇਂਜ ਕਰਦੇ ਹਾਂ ਤਾਂ ਸਾਨੂੰ ਯੂਸੀਆਂ ਲੈਣ 'ਚ ਪ੍ਰੋਬਲਮ ਆਉਂਦੀ ਆ, ਔਰ ਉਹ ਗਰਾਂਟਾਂ ਫਿਰ ਸਰਪੰਚ ਦੇ ਖਾਤੇ 'ਚ ਖੜੀਆਂ ਰਹਿੰਦੀਆਂ। ਗਲੀਆਂ ਨਾਲੀਆਂ ਦੇ ਤਾਂ ਮਸਲੇ ਤੁਸੀਂ ਲੋਕਾਂ ਦੇ ਹੱਲ ਕਰ ਦਿੱਤੇ, ਸਿੱਖਿਆ ਸਹੂਲਤਾਂ ਦੀ ਵੀ ਗੱਲ ਹੋਈ, ਸਿਹਤ ਦੀ ਵੀ ਗੱਲ ਹੋਈ, ਤਾਂ ਉਹ ਕਿੰਨਾ ਕੁ ਸਟਰੋਂਗ ਹੈ ਤੁਹਾਡੇ ਪਿੰਡ ਦੇ ਵਿੱਚ? ਹਾਂਜੀ, ਜਿਹੜੀ ਸਾਡੇ ਸਿੱਖਿਆ ਸਹੂਲਤ ਦਾ ਇਹ ਪਰਮਾਤਮਾ ਦੀ ਕਿਰਪਾ ਨਾਲੋਂ ਸਾਡੇ ਪਿੰਡ ਪੜ੍ਹਿਆ ਲਿਖਿਆ ਐਜੂਕੇਟਡ ਆ, ਅਤੇ ਇਹ ਚੀਜ਼ਾਂ ਪਹਿਲਾਂ ਹੀ ਸਾਡੇ ਪਿੰਡ 1933 ਵੇਲੇ ਦਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਆ, ਜੋ ਅੱਜ ਉਹਦਾ ਨਾਂ ਪਹਿਲਾਂ ਖਾਲਸਾ ਸਕੂਲ ਹੁੰਦਾ ਸੀਗਾ, ਉੱਥੇ ਸਾਡੇ ਪਲੱਸ ਟੂ ਤੱਕ ਪਹਿਲਾਂ ਹੀ ਸਾਨੂੰ ਇਹ ਸਹੂਲਤ ਪ੍ਰਾਪਤ ਆ। ਹਾਂਜੀ, ਉਸ ਤੋਂ ਬਾਅਦ ਜਿਹੜੀਆਂ ਹੋਰ ਫਿਰ ਪਲੱਸ ਟੂ ਤੋਂ ਬਾਅਦ ਤਾਂ ਆਪਣੇ ਕੋਲਜ ਆ ਗਏ ਜਾਂ IT ਪ੍ਰੋਫੈਸ਼ਨਲ ਵਾਲੇ ਉਹ ਆ ਗਏ, ਉਹ ਚੀਜ਼ਾਂ ਪਿੰਡਾਂ 'ਚ ਹਜੇ ਨਹੀਂ ਅਵੇਲੇਬਲ ਹੋ ਸਕਦੀਆਂ। ਐਵੇਂ ਅਸੀਂ ਡਿਮਾਂਡ ਕਰੀਏ ਵੀ ਸਾਡੇ ਪਿੰਡ ਕੋਲਜ ਖੋਲ੍ਹ ਕੇ ਦਿਓ, ਉਹ ਪੋਸੀਬਲ ਵੀ ਨਹੀਂ ਹੈ। ਮੇਨ ਇਹ ਹੁੰਦੀ ਆ ਵੀ ਸਾਡੇ ਪਿੰਡ 'ਚ ਪਲੱਸ ਟੂ ਤੱਕ ਸਾਡੀਆਂ ਧੀਆਂ ਭੈਣਾਂ ਨੇ ਜਿਹੜੀਆਂ ਸਕੂਲਾਂ 'ਚ ਬਾਹਰ ਜਾਂਦੀਆਂ ਸੀਗੀਆਂ, ਉਹ ਇਹ ਸਹੂਲਤ ਸਾਨੂੰ ਪਹਿਲਾਂ ਤੋਂ ਹੀ ਪ੍ਰਾਪਤ ਆ। ਔਰ ਸਾਡੇ ਪਿੰਡ ਜਿਹੜੀ ਵੈਟਨਰੀ ਹੋਸਪਿਟਲ ਦੀ ਵੀ ਸਹੂਲਤ ਪਹਿਲਾਂ ਤੋਂ ਹੀ ਸਾਡੇ ਬਜ਼ੁਰਗਾਂ ਨੇ ਇਹ ਚੀਜ਼ ਲਿਆ ਕੇ ਰੱਖੀ ਹੋਈ ਆ, ਉਹ ਵੀ ਸਾਡੇ ਫੈਸਿਲਿਟੀ ਪਹਿਲਾਂ ਤੋਂ ਹੀ ਹੈ। ਔਰ ਜਿਹੜੀ ਹੈਲਥ ਦੀ ਆ ਆਪਣੀ, ਉਹਦੀ ਵੀ ਸਾਡੇ ਪਿੰਡ ਸਭ ਹੈਲਥਰੀ ਔਰ ਲੇਡੀਜ਼ ਦਾ ਉਹ ਡਿਪਾਰਟਮੈਂਟ ਪਹਿਲਾਂ ਤੋਂ ਹੀ ਹੈ। ਔਰ ਐਜੂਕੇਸ਼ਨ ਦੇ ਪੱਖੋਂ ਸਾਡੇ ਪਿੰਡ 2 ਪ੍ਰਾਇਮਰੀ ਸਕੂਲ ਪਹਿਲਾਂ ਤੋਂ ਨੇ, ਗਰਲਸ ਦਾ ਆਡਾ ਔਰ ਬੋਆਇਜ਼ ਦਾ ਆਡਾ। ਸਰਕਾਰੀ ਸੀਨੀਅਰ ਸੈਕੰਡ ਮੈਂ ਤੁਹਾਨੂੰ ਦੱਸ ਚੁੱਕਿਆ, 6 ਤੋਂ ਲੈ ਕੇ ਪਲੱਸ 2 ਤੱਕ ਆ। ਇੱਕ ਅਰਧ ਸਰਕਾਰੀ ਸਕੂਲ ਆ ਸਾਡੇ ਪਿੰਡ, ਖਾਲਸਾ ਗਰਲਸ ਸਕੂਲ, ਔਰ ਇੱਕ ਹੈਗਾ CBSE ਦਾ ਨਨਕਾਣਾ ਸਾਹਿਬ ਪਬਲਿਕ ਸਕੂਲ। ਐਜੂਕੇਸ਼ਨ ਦੇ ਸਾਡੇ ਪਿੰਡ ਹੈਗੀ ਸਹੂਲਤ, ਪਰ ਉਹ ਬੱਚਿਆਂ 'ਤੇ ਡਿਪੈਂਡ ਕਰਦੀ ਆ ਵੀ ਪੇਰੈਂਟਸ ਨੇ ਜਿਹੜੇ, ਉਹ ਅੱਜ ਕੱਲ੍ਹ ਸਾਰੇ ਹੀ ਆਪਣੇ ਪੇਰੈਂਟਸ ਵਧੀਆ ਕੋਨਵੈਂਟ ਸਕੂਲਾਂ 'ਚ ਪੜ੍ਹਾਉਣਾ ਚਾਹੁੰਦੇ ਨੇ। ਔਰ ਇੰਨੇ ਸਕੂਲ ਹੋਣ ਦੇ ਬਾਵਜੂਦ ਪਿੰਡ ਦੀ ਜੋ ਸਾਡੀ ਪਾਪੂਲੇਸ਼ਨ ਦੇ ਉਹਦੇ ਨਾਲ ਹੈ, ਪਰ ਓਨੇ ਬੱਚੇ ਸਕੂਲਾਂ 'ਚ ਨਹੀਂ ਹੈਗੇ। ਠੀਕ ਹੈ, ਮਿੰਨੀ ਓਲੰਪਿਕਸ ਮੰਨਿਆ ਜਾਂਦਾ ਹੈ ਕਿਲ੍ਹਾ ਰਾਏਪੁਰ, ਇੱਥੋਂ ਦੇ ਬਹੁਤ ਖਿਡਾਰੀ ਨੇ, ਤਾਂ ਤੁਸੀਂ ਖਿਡਾਰੀਆਂ ਨੂੰ ਕੀ ਸਪੋਰਟ ਦਿੱਤੀ ਆਪਣੇ ਸਮੇਂ ਦੇ ਵਿੱਚ? ਕਿਉਂਕਿ ਜਦੋਂ ਅਸੀਂ ਪਿੰਡਾਂ ਦਾ ਦੌਰਾ ਕਰ ਰਹੇ ਸੀ ਤਾਂ ਸਾਨੂੰ ਬਹੁਤ ਸਾਰੇ ਖਿਡਾਰੀ ਅਲੱਗ ਅਲੱਗ ਪਿੰਡਾਂ ਦੇ ਵਿੱਚ ਮਿਲੇ, ਤਾਂ ਅਕਸਰ ਉਹ ਕਹਿੰਦੇ ਨੇ ਕਿ ਜਿਹੜਾ ਖਿਡਾਰੀ ਹੈ ਉਹ ਸਭ ਤੋਂ ਪਹਿਲਾਂ ਮਾਰ ਇਸ ਚੀਜ਼ ਤੋਂ ਖਾਂਦਾ ਹੈ ਕਿ ਉਹਨੂੰ ਜਿਹੜੀ ਹੈ ਉਹ ਸਹੂਲਤ ਨਹੀਂ ਮਿਲਦੀ ਕੋਈ, ਜਾਂ ਖੇਡਣ ਦੇ ਲਈ ਅੱਗੇ ਕੋਈ ਰਾਹ ਨਹੀਂ ਦਿਖਦਾ, ਇਸ ਕਰਕੇ ਉਹ ਆਪਣੀਆਂ ਖੇਡਾਂ ਵੀ ਛੱਡ ਦਿੰਦੇ ਨੇ। ਤਾਂ ਇੱਥੇ ਬਹੁਤ ਵੱਡਾ ਸਟੇਡੀਅਮ ਹੈ, ਟੂਰਨਾਮੈਂਟਸ ਹੁੰਦੇ ਨੇ, ਇੱਥੋਂ ਦੀ ਪੰਚਾਇਤ ਆਪਣੇ ਖਿਡਾਰੀਆਂ ਲਈ ਕੀ ਕਰ ਰਹੀ ਹੈ? ਸਾਡੇ ਜਿਹੜੇ ਖਿਡਾਰੀਆਂ ਦਾ ਜਿਹੜਾ ਬੇਸ ਆ ਉਹ ਪ੍ਰਾਇਮਰੀ ਸਕੂਲ ਤੋਂ ਸਟਾਰਟ ਹੁੰਦਾ ਜੀ। ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਲੜਕੀਆਂ ਦੀ ਕਬੱਡੀ ਦੀ ਟੀਮ ਔਰ ਹਾਕੀ ਦੀ ਟੀਮ, ਦੋਨੇ ਪ੍ਰਾਇਮਰੀ ਸਕੂਲਾਂ ਦੀ, ਅਤੇ ਬਹੁਤ ਵਧੀਆ ਉਹਦੇ ਸਾਡੇ ਸਟੇਡੀਅਮ 'ਚ ਕੋਚ ਗੁਰਵਿੰਦਰ ਸਿੰਘ ਜੀ ਨੇ, ਉਹਨਾਂ ਨੂੰ ਵਧੀਆ ਟ੍ਰੇਨਿੰਗ ਦੇ ਰਹੇ ਨੇ। ਔਰ ਸਾਡੇ ਪ੍ਰਾਇਮਰੀ ਸਕੂਲ ਬੋਆਇਜ਼ ਦੇ ਮਨਪ੍ਰੀਤ ਆ ਸਾਡਾ, ਮੇਰਾ ਭਰਾ ਹੀ ਆ ਛੋਟਾ, ਅਤੇ ਉਹ ਵੀ ਹਾਕੀ ਖੇਡਦਾ ਸੀ ਔਰ ਹਾਕੀ ਉਹਨਾਂ ਦੀ ਵਧੀਆ ਹੁਣ ਵੀ ਪੁਜ਼ੀਸ਼ਨ ਲੈ ਕੇ ਆਈ ਆ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਚੱਲਦੀਆਂ ਨੇ। ਔਰ ਇਹਦੇ 'ਤੇ ਮੈਂ ਦੱਸਣਾ ਚਾਹੁੰਦਾ, ਸਾਡੇ ਪਿੰਡ ਇੱਕ ਸ਼ੂਟਿੰਗ ਹੋਈ ਸੀਗੀ ਨੈੱਟਫਲਿਕਸ ਦੀ, ਉਹਨਾਂ ਨੇ ਸਾਨੂੰ ਪਿੰਡ ਦੇ ਲਈ ਹੈਲਪ ਕੀਤੀ ਸੀ, ਛੋਟੀ ਜਿਹੀ ਵੈਬ ਸੀਰੀਜ਼ ਦੀ ਸੀਗੀ, ਉਹਨਾਂ ਨੇ ਸਾਨੂੰ 20,000 ਰੁਪਈਆ ਦਿੱਤਾ ਸੀਗਾ ਜੀ। ਔਰ 20,000 ਦਿੱਤਾ ਅਸੀਂ ਪਿੰਡ ਦੇ ਸਾਹਮਣੇ ਰੱਖਿਆ ਵੀ ਸਾਨੂੰ ਸਾਡੇ ਪਿੰਡ 'ਚ ਸਾਡੇ ਗੈਸਟ ਆਏ ਸੀਗੇ, ਉਹਨਾਂ ਨੇ ਸਾਡੇ ਪਿੰਡ ਨੂੰ ਚੁਣਿਆ, ਸਾਡੇ ਪਿੰਡ ਸ਼ੂਟਿੰਗ ਵੀ, ਉਹਨਾਂ ਨੇ ਸਾਨੂੰ ਪਿੰਡ ਦੇ ਲਈ ਆਹ ਪੈਸਾ ਦਿੱਤਾ ਵੀ ਇਹਨੂੰ ਆਪ ਸਰਪੰਚ ਹੋਣ ਦੇ ਨਾਤੇ ਮੈਂ ਜਿੱਥੇ ਵੀ ਯੂਜ਼ ਕਰੂੰਗਾ ਮੇਰਾ ਫਰਜ਼ ਆ ਵੀ ਮੈਂ ਆਪਣੇ ਪਿੰਡ ਨੂੰ ਇਹ ਵੀ ਦੱਸੂੰਗਾ ਵੀ ਮੈਂ ਪੈਸਾ ਕਿੱਥੇ ਲਾ ਰਿਹਾ।
ਅਤੇ ਉਹ ਰੱਖੀ ਰੱਖਿਆ ਤਾਂ ਸਾਡੇ ਕੋਲ ਹੌਲੀ ਹੌਲੀ ਪ੍ਰਾਇਮਰੀ ਸਕੂਲ ਗਰਲਸ ਦੇ ਕੁੜੀਆਂ ਦੇ ਉਹਨਾਂ ਦੇ ਪਹੁੰਚ ਕੀਤੀ ਵੀ ਸਾਨੂੰ ਵੀ ਤੁਸੀਂ ਸਪੋਰਟਸ ਦੇ ਲਈ ਉਹ ਸਮਾਨ ਲੈ ਕੇ ਦਿਓ ਅਤੇ ਉਹਦੇ ਲਈ ਅਸੀਂ ਉਹਨਾਂ ਨੂੰ ਹਾਕੀ ਦੀ ਪੂਰੀ ਕਿੱਟ ਕੁੱਟ ਲੈ ਕੇ ਦਿੱਤੀ ਅਤੇ ਉਹ 20,000 'ਚ ਤਾਂ ਆਉਣੀ ਨਹੀਂ ਸੀ, ਬਾਕੀ ਅਸੀਂ ਆਪਣੇ NRI ਵੀਰਾਂ ਦੇ ਹੈਲਪ ਦੇ ਨਾਲ ਉਹਨਾਂ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਾ ਕੇ ਦਿੱਤੀਆਂ। ਔਰ ਸਾਡੀ ਫਸਟ ਟਾਈਮ ਜਦੋਂ ਪ੍ਰਾਇਮਰੀ ਸਕੂਲ ਗਰਲਸ ਦੀ ਕਬੱਡੀ ਦੀ ਟੀਮ ਪੰਜਾਬ 'ਚੋਂ ਆਈ ਆ, ਪੁਜੀਸ਼ਨ 'ਤੇ ਆਈ ਆ, ਅਕਤੂਬਰ ਦੇ ਲਾਸਟ ਦਾ ਮੰਥ ਸੀਗਾ ਜਦੋਂ ਮੈਡਲ ਪਾ ਕੇ ਉਹਨਾਂ ਦੇ ਉਹ ਲੈ ਕੇ ਆਏ ਤਾਂ ਅਸੀਂ ਸਕੂਲ 'ਚ ਪਿਕਚਰ ਕਰਨੀ ਸੀ ਅਤੇ ਉਹ ਵਿਚਾਰੀਆਂ ਗਰੀਬ ਵਰਗ ਦੀਆਂ ਹੁੰਦੀਆਂ ਨੇਗੀਆਂ ਉਹ, ਅਤੇ ਉਹ ਵਿਚਾਰੀਆਂ ਠੰਡ 'ਚ ਥੋੜ੍ਹੀਆਂ ਜਿਹੀਆਂ ਮਹਿਸੂਸ ਕਰਦੀਆਂ ਸੀ। ਔਰ ਅਸੀਂ ਜਦੇ ਹੀ ਕਿਸੇ ਨੇ NRI ਵੀਰ ਨੂੰ ਇਹ ਕੀਤੀ ਵੀ ਇਹ ਬੱਚੀਆਂ ਦੇ ਲਈ ਆਪਾਂ ਟਰੈਕ ਸੂਟ ਦੇਣੇ ਨੇ, ਔਰ ਜਿਨ੍ਹਾਂ ਨੂੰ ਅਸੀਂ ਕਿਹਾ ਉਹਨਾਂ ਨੇ ਪਹਿਲੇ ਸਿੱਟੇ ਹੀ ਸਾਡੀ ਬੋਲ ਪਗਾ ਲਏ, ਔਰ ਇਹ ਪਗਾਏ ਚਾਹੇ ਮੈਂ ਆਪਣੇ ਕੋਲੋਂ ਦਿੱਤਾ ਚਾਹੇ ਕਿਸੇ ਦੇ ਦਿੱਤਾ, ਇਹ ਪੰਚਾਇਤ ਕੰਨੀ ਐਫਰਟ ਕਰਕੇ ਜਿਹੜੀ ਸਹੂਲਤ ਦਿੱਤੀ ਜਾਂਦੀ ਆ ਉਹ ਅਸੀਂ ਉਹਨਾਂ ਨੂੰ ਮੁਹੱਈਆ ਕਰਾਉਂਦੇ ਹਾਂ। ਜਿਸ ਵੀ ਚੀਜ਼ ਦੀ ਸਾਡੇ ਕੋਲ ਪਹੁੰਚ ਕਰਦੇ ਆ ਅਸੀਂ ਉਹਨਾਂ ਨੂੰ ਕਦੇ ਜਵਾਬ ਨਹੀਂ ਦਿੱਤਾ, ਅਸੀਂ ਉਹਨਾਂ ਨੂੰ ਲੈ ਕੇ ਦਿੱਤੀ ਆ। ਸਰਪੰਚ ਸਾਹਿਬ, ਤੁਸੀਂ ਦੇਖਿਆ ਹੋਣਾ ਹੈ ਕਿ ਹੁਣ ਜਿਸ ਤਰ੍ਹਾਂ ਕਾਗਜ਼ ਭਰੇ ਗਏ ਜਾਂ ਫਿਰ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਜਿਹੜੇ ਨੇ ਉਹ ਚੁਣੇ ਗਏ, ਕਈ ਪਿੰਡਾਂ ਦੇ ਵਿੱਚ ਬੋਲੀ ਵੀ ਲੱਗੀ ਹੈ, ਮੈਂ ਅਕਸਰ ਇਹ ਸਵਾਲ ਪੁੱਛਦੀ ਹੁੰਦੀ ਹਾਂ, ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬੋਲੀ ਲਗਾਉਣਾ ਕਿੰਨਾ ਕੁ ਸਹੀ ਹੈ ਕਿ ਸਰਪੰਚ ਦੀ ਚੋਣ ਇਸ ਤਰ੍ਹਾਂ ਹੋਣੀ ਚਾਹੀਦੀ ਹੈ? ਨਹੀਂ, ਜਿਹੜਾ ਬੋਲੀ ਲਗਾਉਣ ਵਾਲਾ ਕੰਮ ਆ ਉਹ ਤਾਂ ਬਿਲਕੁਲ ਹੀ ਗਲਤ ਆ, ਉਹ ਤਾਂ ਇਹ ਹੋ ਗਿਆ ਵੀ ਆਪਾਂ ਬੋਲੀ ਲਗਾ ਕੇ ਆਪਣਾ ਪਿੰਡ ਖਰੀਦ ਰਹੇ ਹਾਂ, ਇਹ ਨਹੀਂ ਚਾਹੀਦਾ। ਹਾਂ, ਜੇ ਕਿਸੇ ਦੀ ਇੱਛਾ ਹੈ ਵੀ ਮੈਂ ਜਿਵੇਂ ਆਪਾਂ ਪਿੱਛੇ ਸੁਣਦੇ ਸੀ ਕਿਸੇ ਨੇ ਸਾਰਿਆਂ ਤੋਂ ਪਹਿਲਾਂ ਗਿੱਦੜਵਾਹ ਦਾ ਆਇਆ ਸੀਗਾ ਵੀ 30-35 ਲੱਖ ਲੱਗਿਆ, ਫਿਰ 2 ਕਰੋੜ ਵਾਲੇ ਵੀ ਆਏ, ਵੀ ਜੇ ਤੁਸੀਂ ਇੰਨਾ ਹੀ ਪੈਸਾ ਲਾਉਣਾ ਤੁਸੀਂ ਐਡੇ ਧਰਮਾਤਮਾ, ਮੈਂ ਤਾਂ ਕਹਿੰਦਾ ਚੰਗੇ ਆ, ਚਲੋ ਜੇ ਪੈਸਾ ਉਹਨਾਂ ਕੋਲ ਲਾਉਣਾ ਤੁਸੀਂ ਪਿੰਡ 'ਚ ਉਈਂ ਸੋਸ਼ਲ ਵਰਕ ਕਰੀ ਚੱਲੋ, ਤੁਹਾਡਾ ਤਾਂ ਉਈਂ ਨਾ ਬਣ ਜਾਣਾ, ਤੁਸੀਂ ਤਾਂ ਆਪਣੇ ਆਪ ਸਰਬਸੰਮਤੀ ਨਾਲ ਲੋਕਾਂ ਨੇ ਚੁਣ ਲੈਣਾ। ਇਹ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਤੁਸੀਂ ਵੋਟਾਂ ਦੇ ਟਾਈਮ 'ਤੇ ਆ ਕੇ ਵੀ ਅਸੀਂ 5 ਲੱਖ ਦਿੰਦੇ ਹਾਂ, ਅਸੀਂ 10 ਲੱਖ ਦਿੰਦੇ ਹਾਂ, ਇਹ ਚੀਜ਼ਾਂ ਜੇ ਤੁਸੀਂ ਗਾਹਾਂ ਨੂੰ ਇਲੈਕਸ਼ਨ ਲੜਨੀ ਆ ਤੁਸੀਂ 5 ਸਾਲ ਵਰਕ ਕਰੋ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੋ, ਬਹੁਤ ਜ਼ਰੂਰਤਾਂ ਨੇ ਲੋਕਾਂ ਦੀਆਂ ਗਰਾਊਂਡ ਲੈਵਲ 'ਤੇ ਜਿਹੜੀਆਂ ਸਰਕਾਰ ਔਰ ਪੰਚਾਇਤ ਤੋਂ ਨਹੀਂ ਪੂਰੀਆਂ ਹੁੰਦੀਆਂ, ਜਿਹੜੀਆਂ ਅਸੀਂ NRI ਤੋਂ ਮੰਗ ਕੇ ਉਹਨਾਂ ਨੂੰ ਪ੍ਰਦਾਨ ਕਰਦੇ ਹਾਂ। ਜੇ ਸਾਨੂੰ ਇਹ ਸਾਰੀਆਂ ਫੈਸਿਲਿਟੀਆਂ ਸਰਕਾਰ ਕੋਲੋਂ ਮਿਲਦੀਆਂ ਹੋਣ ਤਾਂ ਸਾਡੀਆਂ NGO ਨੇ, ਸਾਡੇ ਕਲੱਬ ਨੇ ਜਿਹੜੇ, ਤਾਂ ਆਪਾਂ NRI ਤੋਂ ਕਿਉਂ ਬੇਨਤੀਆਂ ਕਰੀਏ? ਤੁਹਾਡੇ ਪਿੰਡ ਨਹੀਂ ਸਰਬਸੰਮਤੀ ਨਾਲ ਕੋਈ ਚੋਣ ਹੋਈ ਹੁਣ ਤੱਕ? ਨਹੀਂ, ਕਿਲ੍ਹਾ ਰੈਪੁਰ 'ਚ ਸਰਬਸੰਮਤੀ ਹੋਣੀ ਬਹੁਤ ਮੁਸ਼ਕਲ ਆ। ਉਹ ਕਿਉਂ? ਕਿਲ੍ਹਾ ਰੈਪੁਰ ਆ ਜਿਹੜਾ ਇਹ ਕਹਿ ਲਓ ਰਾਜਨੀਤੀ ਦਾ ਗੜ ਆ। ਰਾਜਨੀਤੀ ਦਾ ਗੜ ਇਹ ਆ, ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਵੀ ਇਲੈਕਸ਼ਨ ਲੜ ਕੇ ਗਏ ਸੀਗੇ, ਔਰ ਉਹਨਾਂ ਨੇ ਲੜੀ ਸੀ ਵੀ ਕਿਲ੍ਹਾ ਰੈਪੁਰ ਆ ਜਿਹੜੀ ਇਹ ਸੇਫ ਸੀਟ ਆ, ਅਤੇ ਉਹ ਵੀ ਇਹ ਗੱਲ ਕਹਿ ਕੇ ਗਏ ਸੀਗੇ ਵੀ ਜੇ ਕਿਸੇ ਨੇ ਰਾਜਨੀਤੀ ਸਿੱਖਣੀ ਆ ਤਾਂ ਉਹ ਕਿਲ੍ਹਾ ਰੈਪੁਰ ਜਾ ਕੇ ਮਹੀਨਾ ਕੁ ਲਾਇਆ, ਉਹ ਇੱਥੇ ਕਿਸੇ ਦੇ ਦਿਲ ਦਾ ਕੁਛ ਨਹੀਂ ਪਤਾ, ਉਹਨੇ ਕਿੱਧਰ ਚੱਲਣਾ ਕਿੱਧਰ ਨਹੀਂ ਚੱਲਣਾ, ਇੱਥੇ ਜੱਜ ਕਰਨਾ ਬਹੁਤ ਮੁਸ਼ਕਿਲ ਆ। ਧੜੇਬਾਜੀ ਹੈਗੀ ਤੁਹਾਡੇ ਪਿੰਡ 'ਚ? ਹਾਂਜੀ, ਧੜੇਬਾਜੀ ਹੈਗੀ? ਧੜੇਬਾਜੀ ਤਾਂ ਜਿੰਨੀ ਕਹਿ ਦਿਓ ਉਨੀ ਹੈ ਜੀ, ਪਰ ਸਾਹਮਣੇ ਕੋਈ ਨਹੀਂ ਆਉਂਦਾ ਹੈਗਾ, ਸਾਹਮਣੇ ਸਾਹਿਬ ਕਹਿਣਗੇ ਹਾਂ ਮੇਰਾ ਛੋਟਾ ਭਰਾ ਮੇਰਾ ਵੱਡਾ ਭਰਾ ਬਹੁਤ ਵਧੀਆ ਬਹੁਤ ਵਧੀਆ, ਪਰ ਪਿੱਠ ਘੁੰਮੀ ਨਹੀਂ ਅਤੇ ਨੁਕਤਾ ਚੀਨੀ। ਇਹ ਮੈਨੂੰ ਲੱਗਦਾ ਪਿੰਡ ਪਿੰਡ ਦਾ ਹਾਲ ਹੈ। ਇਹ ਤਾਂ ਬਿਲਕੁਲ, ਇਹ ਤਾਂ ਹੈਗਾ ਹੀ ਆ। ਮੈਂ ਆਪਣੇ ਪਿੰਡ 'ਚ ਕਿਉਂ ਕਹਾਂ, ਜੇ ਮੈਂ ਕਹਾਂ ਵੀ ਮੈਂ ਚੰਗਾ ਕੰਮ ਕੀਤਾ ਮੈਂ ਸਰਬਸੰਮਤੀ ਕਰਾਵਾਂ, ਇੰਪੋਸੀਬਲ। ਇਤਿਹਾਸਿਕ ਜਗ੍ਹਾ ਮੰਨੀ ਜਾਂਦੀ ਹੈ, ਗੁਰੂ ਪਾਤਸ਼ਾਹ ਦੀ ਛੋਹ ਪ੍ਰਾਪਤ ਧਰਤੀ ਹੈ ਇਹ। ਇਸ ਪਿੰਡ ਦੇ ਵਿੱਚ ਕਿੰਨੇ ਗੁਰੂ ਘਰ ਨੇ? ਗੁਰੂ ਘਰ ਜੀ ਸਾਡੇ ਪਿੰਡ 'ਚ ਧਾਰਮਿਕ ਜੇ ਸਥਾਨ, ਚਾਹੇ ਹਿੰਦੂ ਚਾਹੇ ਮੁਸਲਿਮ,
ਜੇ ਸਾਰੇ ਗਿਣੀਏ ਸਾਡੇ ਸਿੰਘ ਸ਼ਹੀਦ ਨੇ 22 ਤੋਂ 23 ਨੇ। 6000 ਪਿੰਡ ਦੀ ਵੋਟ ਹੈ, ਇਸ ਤੋਂ ਪਲੱਸ ਵੀ ਹੋ ਸਕਦੀ ਹੈ, ਪਰ ਇੰਨੀ 4066 ਵੋਟ ਹੈ ਸਾਡੇ ਪਿੰਡ ਦੀ। ਅੱਛਾ ਜੀ, ਠੀਕ ਹੈ। ਤੇ 10000 ਦੇ ਆਸ ਪਾਸ ਸਾਡੀ ਪਾਪੂਲੇਸ਼ਨ ਆ, ਬੱਚੇ ਆ, ਪ੍ਰਵਾਸੀਆਂ ਦੇ ਸਣੇ। ਠੀਕ ਹੈ, ਠੀਕ ਹੈ। ਪਰ ਇੰਨੇ ਗੁਰੂ ਘਰ ਇੱਕ ਪਿੰਡ ਦੇ ਵਿੱਚ, ਇਹ ਤੁਸੀਂ ਕਹਿ ਲਓ 6 ਤਾਂ ਸਾਡੇ ਪਿੰਡ ਪੱਤੀਆਂ ਨੇਗੀਆਂ ਜਿਨ੍ਹਾਂ 'ਚ ਸਾਡਾ ਪਿੰਡ ਵੰਡਿਆ ਹੋਇਆ ਵਾ। 6 ਪੱਤੀਆਂ ਦੇ 6 ਗੁਰਦੁਆਰਾ ਸਾਹਿਬ ਤਾਂ ਸਿੱਧੇ ਹੀ ਹੋ ਗਏ ਜੀ। ਔਰ ਸਾਡੇ ਸਿੰਘ ਸ਼ਹੀਦ ਨੇਗੇ ਜਿਹੜੇ ਸਾਡੇ ਪਿੰਡ ਦੇ ਫਿਰ ਬਾਹਰ ਬੈਠੇ ਨੇਗੇ, ਉਹਨਾਂ ਦੇ ਸਥਾਨ ਅੱਡ ਨੇਗੇ। ਅਤੇ ਪਿੰਡ ਵਾਲੇ ਕਿੱਦਾਂ ਕਿੱਦਾਂ ਜਾਂਦੇ ਆ, ਮਤਲਬ ਸਾਰੇ ਅਲੱਗ ਅਲੱਗ ਗੁਰੂ ਘਰਾਂ ਦੇ ਵਿੱਚ ਜਾਂਦੇ ਆ? ਕਿਉਂਕਿ ਜਦੋਂ ਅਸੀਂ ਪਿੰਡਾਂ ਦਾ ਦੌਰਾ ਕਰਦੇ ਹਾਂ ਨਾ, ਤਾਂ ਅਕਸਰ ਇਸ ਗੱਲ ਅਸੀਂ ਪਹਿਲਾਂ ਵੀ ਸਾਂਝੀ ਕਰ ਰਹੇ ਸੀ ਆਫ ਕੈਮਰਾ ਵੀ, ਕਿ ਜਦੋਂ ਪਿੰਡਾਂ ਦਾ ਦੌਰਾ ਕਰੀਦਾ ਤਾਂ ਸੁਣਨ ਨੂੰ ਮਿਲਦਾ ਹੈ ਕਿ ਇੱਕ ਵੱਡਾ ਗੁਰੂ ਘਰ ਹੈਗਾ ਜਿੱਥੇ ਸਾਰੇ ਪਿੰਡਾਂ ਲਈ ਸਾਂਝਾ ਕੋਈ ਪ੍ਰੋਗਰਾਮ ਕਰਦੇ ਤਾਂ ਜਾਂਦੇ ਹੈ, ਅਦਰਵਾਈਜ਼ ਜਿਹੜੇ ਪਿੰਡਾਂ ਲਈ ਨੇ ਉਹ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਜਾਂਦੇ ਆ। ਹਾਂਜੀ, ਇਹ ਆਪਣੇ ਸਿੱਖਾਂ ਦਾ ਸਭ ਤੋਂ ਪਵਿੱਤਰ ਦਿਨ ਕਹਿੰਦੇ ਹਾਂ, ਮਹੀਨੇ ਬਾਅਦ 10ਵੀਂ ਦਾ ਦਿਨ ਆਉਂਦਾ, ਸੰਗਰਾਂਦ ਆਉਂਦੀ ਆ। ਆਪਾਂ 10ਵੀਂ ਨੂੰ ਹਰ ਗੁਰੂ ਘਰ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਚਾਹੇ ਜੇ ਟਾਈਮ ਨਹੀਂ ਹੈ ਆਪਾਂ ਬਾਹਰ ਨੰਗ ਦੇ ਸਿਰ ਝੁਕਾ ਕੇ ਜਾਂਦੇ ਹਾਂ ਆਪਾਂ, ਅਤੇ ਉਹ ਸਾਡੇ ਇੰਨੇ ਹੋਣ ਲੱਗ ਕੇ ਜਿੰਨੇ ਵੀ ਸਾਡੇ ਸਥਾਨ ਨੇ ਸਾਰਿਆਂ 'ਤੇ ਹੀ 10ਵੀਂ ਵਾਲੇ ਦਿਨ ਚਾਹੇ 20 ਬੰਦੇ ਜਾਂਦੇ ਆ, ਕਿਸੇ 'ਤੇ ਚਾਹੇ 100 ਜਾਂਦੇ ਆ, ਹਰ ਗੁਰੂ ਘਰ ਕੋਈ ਨਾ ਕੋਈ ਪਹੁੰਚਦਾ ਵਾ। ਨਹੀਂ, ਤੁਸੀਂ ਪਿੰਡ ਵਾਲਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੰਨੇ ਗੁਰੂ ਘਰ ਹੋਣੇ ਵੀ ਠੀਕ ਨਹੀਂ, ਜੇ ਪਿੰਡ 'ਚ ਏਕਤਾ ਹੈ ਤਾਂ, ਜੇ ਵੱਡਾ ਪਿੰਡ ਹੈ ਤਾਂ 2 ਗੁਰੂ ਘਰ ਬਹੁਤ ਨੇ, 12-13 ਗੁਰੂ ਘਰ, ਜਿੱਦਾਂ ਟੋਟਲ ਤੁਸੀਂ ਕਿਹਾ 22 ਗੁਰੂ ਘਰ ਨੇ ਇੱਥੇ। ਹਾਂਜੀ, ਜੇ ਕਹੀਏ ਤਾਂ ਕਿਸੇ ਨੇ ਸਮਝਣਾ ਨਹੀਂ, ਇਸ ਨੂੰ ਉਲਟ ਲੈ ਜਾਣਗੇ ਵੀ ਇਹ ਧਰਮ ਦੇ ਉਲਟ ਇਹ ਯੂਜ਼ ਕਰ ਰਹੇ ਆ। ਇਹ ਚੀਜ਼ ਹਟ ਕੇ ਸਾਰਿਆਂ ਤੋਂ ਪਹਿਲਾਂ ਜਿਹੜੀ ਇਹ ਚੀਜ਼ ਆ, ਜਿੱਥੇ ਚਾਹੇ ਕੋਈ ਅਮੀਰ ਆ, ਚਾਹੇ ਗਰੀਬ ਆ, ਚਾਹੇ ਕੋਈ ਕੁਛ ਵੀ ਆ, ਚਾਹੇ ਕਿਸੇ ਵੀ ਲੈਵਲ ਦਾ, ਜਿੱਥੇ ਬੰਦੇ ਨੇ ਆਖਰੀ ਆਪਣੀ ਜ਼ਿੰਦਗੀ ਬਤੀਤ ਕਰਕੇ ਜਿੱਥੇ ਜਾ ਕੇ ਉਹਨੇ ਮਿੱਟੀ ਬਣਨਾ ਵਾ, ਉੱਥੇ ਤਾਂ ਆਪਣੇ ਪਿੰਡਾਂ 'ਚ ਤਾਂ ਉਹ ਵੀ ਚੀਜ਼ਾਂ ਬਹੁਤੇ ਪਿੰਡਾਂ, ਕਿਸੇ ਪਿੰਡਾਂ 'ਚ ਹੈ, ਚਲੋ ਇਹ ਚੀਜ਼ਾਂ ਖਤਮ ਹੋ ਗਈਆਂ, ਸ਼ਮਸ਼ਾਨ ਘਾਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹ ਵੀ ਆਪਾਂ ਜਾਤਾਂ 'ਚ ਵੰਡੇ ਪਏ ਨੇ। ਮੈਂ ਬਿਲਕੁਲ ਇਸੀ ਗੱਲ ਦੇ ਉੱਤੇ ਆਉਣਾ ਸੀ, ਕਿਉਂਕਿ ਜੇ ਗੁਰੂ ਘਰ 22 ਨੇ ਤਾਂ ਹੋ ਸਕਦਾ ਕਿ ਸ਼ਮਸ਼ਾਨ ਘਾਟ ਦੀ ਗਿਣਤੀ ਵੀ ਜ਼ਿਆਦਾ ਹੀ ਹੋਵੇ। ਕਿੰਨੇ ਸ਼ਮਸ਼ਾਨ ਘਾਟ ਨੇ? 6 ਦੇ ਤਕਰੀਬਨ ਨੇ। ਉਹ ਕਿਉਂ? ਉਹੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਆਪਣੀਆਂ ਕਾਸਟਾਂ 'ਚ ਜਿਹੜੇ ਡਿਵਾਈਡ ਹੋਏ ਹੋਏ, ਪਰ ਮਰਨ ਤੋਂ ਬਾਅਦ ਤਾਂ ਜਾਤ ਰਹਿੰਦੀ ਹੀ ਨਹੀਂ ਹੈ, ਮਿੱਟੀ ਹੋ ਜਾਣਾ ਸਾਰਿਆਂ ਨੇ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ। ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਥਾਪੇ ਸੀਗੇ, ਉਹਨਾਂ ਨੇ ਇਹੀ ਕਹਿ ਕੇ ਸੀ ਵੀ ਆਪਾਂ ਜਿਹਦੇ ਮਗਰ ਸਿੰਘ ਲੱਗ ਗਿਆ ਤਾਂ ਉਹਦਾ ਕੋਈ ਧਰਮ ਨਹੀਂ, ਕੋਈ ਹੈ ਨਹੀਂ, ਉਹ ਗੁਰੂ ਦਾ ਸਿੰਘ ਆ। ਪਰ ਅਸੀਂ ਉਹਨਾਂ ਦੇ ਬਚਨਾਂ 'ਤੇ ਅਮਲ ਨਹੀਂ ਕੀਤਾ ਹੈਗਾ, ਅਸੀਂ ਧਰਮਾਂ ਦੇ ਨਾਂ 'ਤੇ, ਅਸੀਂ ਜਾਤਾਂ ਦੇ ਨਾਂ 'ਤੇ ਅੱਜ ਵੀ ਵੰਡੇ ਹੋਏ ਹਾਂ। ਠੀਕ ਹੈ ਸਰਪੰਚ ਸਾਹਿਬ, ਜਾਂਦੇ ਜਾਂਦੇ ਇੱਕ ਸਵਾਲ ਹੈ ਕਿ ਤੁਸੀਂ 5 ਸਾਲ ਪੂਰੇ ਇਸ ਪਿੰਡ ਦੇ ਵਿੱਚ ਬਿਤਾਏ ਨੇ ਬਤੌਰ ਸਰਪੰਚ, ਤੁਸੀਂ ਆਪਣੇ ਵੱਲੋਂ ਤੁਸੀਂ ਜਿਹੜੇ ਕੰਮ ਕੀਤੇ ਨੇ, ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਪਿੰਡ ਦੇ ਵਿੱਚ ਕਿਹੜੇ ਕੰਮ ਨੇ ਜੋ ਤੁਹਾਡੇ ਸਮੇਂ ਦੇ ਵਿੱਚ ਨਹੀਂ ਹੋਏ ਤਾਂ ਅੱਗੇ ਜੇ ਕੋਈ ਆਉਂਦਾ ਹੈ, ਕਿਉਂਕਿ ਇਸ ਵਾਰ ਇਸ ਪਿੰਡ ਦੀ ਸੀਟ ਜਿਹੜੀ ਆ ਉਹ ਰਿਜ਼ਰਵ ਹੈ, ਤਾਂ ਅੱਗੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਦੇਖਦੇ ਹੋ ਕਿ ਅਗਲੇ ਸਾਲਾਂ ਦੇ ਵਿੱਚ ਹੋਣੇ ਚਾਹੀਦੇ ਨੇ ਪਿੰਡ ਦੇ ਵਿਕਾਸ ਦੇ ਲਈ? ਹਾਂਜੀ, ਜਿਹੜਾ ਸਾਡਾ ਨੈਕਸਟ ਸਰਪੰਚ ਬਣਨਾ ਉਹ ਕਿਸੇ ਵੀ ਪਾਰਟੀ ਦਾ ਬਣੇ, ਔਰ ਪਿੰਡ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਪਿੰਡ ਉਸ ਨੂੰ ਹੀ ਇਸ ਚੀਜ਼ 'ਤੇ ਪਹੁੰਚਾਵੇ ਜਿਹੜਾ ਉਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰੇ। ਜੇ ਅਸੀਂ ਉਹਨਾਂ ਦੀਆਂ ਉਮੀਦਾਂ 'ਤੇ ਖਰੇ ਉਤਰੇ ਸੀ, ਅਸੀਂ ਜਿਸ ਦੀ ਵੀ ਸਪੋਰਟ ਕਰਾਂਗੇ ਜਾਂ ਅਸੀਂ ਜਿਸ ਦੇ ਨਾਲ ਵੀ ਤੁਰਾਂਗੇ, ਅਸੀਂ ਵੀ ਉਸ ਤੋਂ ਉਮੀਦ ਕਰਾਂਗੇ ਵੀ ਜੋ ਪਿੱਛੋਂ ਸਾਡੇ ਤੋਂ ਅਧੂਰੇ ਰਹਿ ਗਏ ਕੰਮ ਤਾਂ ਉਹ ਅਸੀਂ ਅਗਲੀ ਟਰਮ 'ਚ ਪੂਰੇ ਕਰ ਦਈਏ। ਇਹ ਮੇਰਾ ਵੀ ਇਹ ਏਮ ਸੀਗਾ
ਵੀ ਮੈਂ 5 ਸਾਲ ਲਾਇਆ, ਜੇ ਪਰਮਾਤਮਾ ਕੰਨੀਓ ਜਾਂ ਸਰਕਾਰ ਪ੍ਰਸ਼ਾਸਨ ਕੰਨੀਓ ਜੇ ਇਲੈਕਸ਼ਨ ਆਉਂਦੀ ਤਾਂ ਜੇ ਖੜ੍ਹਨ ਦਾ ਮੌਕਾ ਮਿਲਦਾ ਤਾਂ ਮੈਂ ਇਹ ਪਿੰਡ ਤੋਂ 2 ਸਾਲ ਦਾ ਸਮਾਂ ਮੰਗਦਾ ਸੀ ਵੀ ਪਿੰਡ 'ਚੋਂ ਗਲੀਆਂ ਨਾਲੀਆਂ ਦਾ ਮੁੱਦਾ ਖਤਮ ਕਰ ਦੂੰਗਾ। ਅਤੇ ਔਰ ਅਗਲੇ ਕਰਨਾ ਤਾਂ ਚਲੋ ਸਰਪੰਚ ਨੇ ਜਾਂ ਸਿਸਟਮ ਨੇ ਕਰਾਉਣਾ ਵਾ ਉਹ ਚੀਜ਼, ਅਤੇ ਫਿਰ ਵੀ ਸਾਡੀ ਕੋਸ਼ਿਸ਼ ਇਹ ਰਹੂ ਵੀ ਅਸੀਂ ਆਉਂਦੇ ਸਮੇਂ 'ਚ ਰਹਿੰਦੇ ਸਮੇਂ 'ਚ ਇਸ ਚੀਜ਼ ਨੂੰ ਖਤਮ ਕਰ ਦਈਏ ਗਲੀਆਂ ਨਾਲੀਆਂ ਤੋਂ। ਔਰ ਇੱਕ ਇਹਦੇ ਚੀਜ਼ 'ਚ ਇਹ ਆ, ਇਹ ਮੈਂ ਸਾਰੇ ਪੰਜਾਬ ਦੇ ਵੋਟਰਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦਾ, ਜਿੰਨੇ ਵੀ ਲੋਕ ਪਿੰਡਾਂ 'ਚ ਰਹਿੰਦੇ ਨੇ, ਜਿਹੜੀ ਗਲੀ ਅਸੀਂ ਪਿਛਲੀ ਟਰਮ 'ਚ 5 ਸਾਲਾਂ 'ਚ ਬਣਾ ਗਏ ਉਹਨੂੰ 15 ਸਾਲ ਤੋਂ ਪਹਿਲਾਂ ਕੋਈ ਵੀ ਸਰਪੰਚ ਛੇੜ ਨਹੀਂ ਸਕਦਾ, ਨਾ ਉਹ 'ਤੇ ਉਹਨੂੰ ਪੱਟ ਕੇ ਕੋਈ ਪੈਸਾ ਲਾ ਸਕਦਾ। ਇਹ ਇੱਕ ਗੌਰਮੈਂਟ ਕੰਨੀਓ ਨੋਟੀਫਿਕੇਸ਼ਨ ਆਇਆ ਸੀ ਵੀ ਅੱਜ ਜਿਹੜੀ ਗਲੀ ਬਣ ਗਈ ਉਹ 15 ਸਾਲ ਤੱਕ ਉਹਨੂੰ ਦੁਬਾਰਾ ਛੇੜਿਆ ਨਹੀਂ ਜਾ ਸਕਦਾ। ਸਰਪੰਚ ਸਾਹਿਬ, ਇੱਕ ਹੋਰ ਸਵਾਲ ਹੈ ਜੋ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਨੌਜਵਾਨ ਪੀੜ੍ਹੀ ਬੜੀ ਮਾਇਨੇ ਰੱਖਦੀ ਹੈ ਹਰ ਜਗ੍ਹਾ ਦੇ ਉੱਤੇ, ਚਾਹੇ ਉਹ ਪਿੰਡ ਹੈ ਚਾਹੇ ਉਹ ਸ਼ਹਿਰ ਹੈ। ਤਾਂ ਨੌਜਵਾਨੀ ਜਿਹੜੀ ਹੈ ਬੇਰੁਜ਼ਗਾਰੀ ਕਾਰਨ ਕਹਿ ਲਓ ਜਾਂ ਫਿਰ ਕਹਿ ਲਓ ਕਿ ਨਸ਼ਿਆਂ ਦੇ ਕਾਰਨ ਬੜੀ ਪਿੱਛੇ ਹੋ ਗਈ ਹੈ, ਤੁਹਾਡੇ ਪਿੰਡ ਦੇ ਵਿੱਚ ਕਿੰਨਾ ਕੁ ਨਸ਼ਾ ਹੈ? ਦੇਖੋ ਜਿਹੜਾ ਨਸ਼ਾ ਤਾਂ ਸਾਰੇ ਪੰਜਾਬ ਨੂੰ ਹੀ ਖਾ ਚੁੱਕਿਆ। ਹਾਂਜੀ। ਅਤੇ ਇਹ ਅੱਜ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਆ ਵੀ ਜਿਹੜਾ ਨਸ਼ਿਆਂ ਦਾ, ਇਹ ਰੱਬ ਜਾਣੇ ਕੌਣ, ਇੱਕ ਖਤਮ ਹੁੰਦਾ ਨਸ਼ਿਆਂ ਵਾਲਾ ਸੌਦਾਗਰ, ਦੂਜਾ ਪੈਦਾ ਹੋ ਜਾਂਦਾ ਵਾ। ਇਹ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੇ ਕੋਈ ਪਿੰਡ 'ਚ ਕੋਈ ਨਸ਼ਾ ਵੇਚਦਾ ਕਰਦਾ ਉਹਦੇ ਪਿੱਛੇ ਕੌਣ ਆ? ਮੰਨ ਲਓ ਜੇ ਇੱਕ ਬੰਦਾ ਫੜਿਆ ਗਿਆ, ਮੰਨ ਲਓ ਵੀ ਕਿਸੇ ਤੋਂ ਕੋਈ ਨਸ਼ਾ ਜਾਂ ਡਰੱਗ ਫੜਿਆ ਗਿਆ, ਆਪਾਂ ਉਹਨੂੰ ਫੜਨਾ ਤਾਂ ਸੌਖਾ ਵੀ ਉਹ ਕਿੱਥੋਂ ਲੈ ਕੇ ਆਇਆ, ਉਹ ਤਾਂ ਚੇਨ ਬਣੀ ਹੋਈ ਆ ਨਾ, ਉਹ ਚੇਨ ਜਾ ਕੇ ਰੁਕਦੀ ਕਿੱਥੇ ਆ? ਬਿਲਕੁਲ। ਪਰ ਉਹ ਚੀਜ਼ਾਂ ਤੱਕ ਕੋਈ ਪਹੁੰਚਦਾ ਨਹੀਂ, ਗਰਾਊਂਡ ਲੈਵਲ 'ਤੇ ਹੋ ਜਾਂਦਾ ਵੀ ਹਾਂਜੀ ਫੜੋ ਫੜੀ ਹੋ ਜਾਂਦੀ ਆ, ਪਰ ਮਗਰਲਾ ਜਿਹੜਾ ਉਹਦੇ ਮੇਨ ਬੰਦਾ ਖੜਾ ਉਹ ਨਹੀਂ ਅੱਜ ਤੱਕ ਕਦੇ ਸਾਹਮਣੇ ਆਇਆ। ਉਹ ਤਾਂ ਚਲੋ ਨਹੀਂ ਫੜ ਹੋਇਆ, ਪਰ ਕਿਲ੍ਹਾ ਰਾਏਪੁਰ ਦੇ ਵਿੱਚ ਕਿੰਨਾ ਕੁ ਨਸ਼ਾ ਹੈ? ਨਸ਼ਾ ਜਿਹੜਾ ਜਿਹੜੇ ਨੌਜਵਾਨ ਮੁੰਡੇ ਨੇਗੇ ਹੈਗੇ ਆ ਜਿਹੜੇ ਇਹ ਚੀਜ਼ ਦੇ ਆਦੀ ਹੋ ਗਏ ਸੀਗੇ, ਪਰ ਉਹ ਵੀ ਹੁਣ ਇਸ ਚੀਜ਼ 'ਚੋਂ ਬਾਹਰ ਨਿਕਲ ਰਹੇ ਨੇ, ਆਪਣੇ ਕੰਮਾਂ ਕਾਰਾਂ 'ਚ ਰੁੱਝੇ ਨੇਗੇ। ਸਾਡੇ ਪਿੰਡ 'ਚੋਂ ਵੀ 1-2 ਨਸ਼ੇ ਵਾਲੇ ਸਰਕਾਰ ਨੇ ਫੜੇ ਸੀਗੇ, ਅਤੇ ਅਸੀਂ ਵੀ ਚੰਗਾ ਕਹਿੰਦੇ ਹਾਂ ਵੀ ਉਹਨਾਂ ਨੂੰ ਵੀ ਹਾਂ ਉਹਨਾਂ ਕੋਲੋਂ ਫੜਿਆ ਗਿਆ, ਪਰ ਉਹ ਸਾਨੂੰ ਨਹੀਂ ਪਤਾ ਲੱਗਿਆ ਹਜੇ ਤੱਕ ਵੀ ਉਹਨਾਂ ਦੀ ਕੀ ਚੇਂਜ ਸੀਗੀ।